ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ। ਦੋਸਤੋ, ਇਹ ਸੀ ਇੱਕ ਪੈਗਾਮ ਰੇਡੀਓ ਚੰਨ ਪਰਦੇਸੀ ਵੱਲੋਂ। ਆਵਾਜ਼ ਦੀ ਮਾਰਫਤ ਰੇਡੀਓ ਚੰਨ ਪਰਦੇਸੀ ਨਾਲ ਜੁੜੇ ਹੋਏ ਬਹੁਤ ਹੀ ਸਤਿਕਾਰ ਤੇ ਦਾਨਸ਼ਵਰ ਦੋਸਤੋ, ਤੁਹਾਡੇ ਸਾਡੇ ਮਸਲੇ ਤੇ ਸਾਂਝਾਂ ਦੇ ਪ੍ਰੋਗਰਾਮ ਦੀ ਅਗਲੇਰੀ ਕਿਸ਼ਤ ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਤੁਹਾਡਾ ਮੇਜ਼ਬਾਨ ਗੁਰਬਚਨ ਮਾਨ। ਪ੍ਰੋਗਰਾਮ ਵਿਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਮੇਰੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਹਨ ਆਦਰਯੋਗ ਦਵਿੰਦਰ ਕੌਰ ਜੀ। ਦਵਿੰਦਰ ਜੀ ਲੰਮੇ ਸਮੇਂ ਤੋਂ ਗਾਇਕੀ ਨਾਲ ਜੁੜੇ ਹੋਏ ਹਨ। ਕਾਲਜ ਦੇ ਦਿਨਾਂ ਵਿਚ ਵੀ ਉਹ ਸੰਗੀਤ ਦਾ ਉਨ੍ਹਾਂ ਦੇ ਕੋਲ ਇਲੈਕਟਿਵ ਸਬਜੈਕਟ ਰਿਹਾ। ਇਨ੍ਹਾਂ ਦੀਆਂ ਸੀਡੀਜ਼ ਵੀ ਬੜੀਆਂ ਪਸੰਦ ਕੀਤੀਆਂ ਗਈਆਂ। ਧਾਰਮਿਕ ਉਨ੍ਹਾਂ ਦੇ ਵਿਚ ਗੀਤ ਜਿਵੇਂ ਭਜਨ ਵਗੈਰਾ ਨੇ। ਅੱਜ ਦੀ ਮੁਲਾਕਾਤ ਵਿਚ ਉਨ੍ਹਾਂ ਤੋਂ ਕੁਝ ਪੁਰਾਤਨ ਫਿਲਮੀ ਨਗਮੇ ਸੁਣਾਂਗੇ ਔਰ ਖਾਸ ਕਰਕੇ ਉੱਚ ਕੋਟੀ ਦੇ ਪੰਜਾਬੀ ਸਭਿਆਚਾਰਕ ਗੀਤ ਜਿਨ੍ਹਾਂ ਨੂੰ ਤੁਸੀਂ ਸਮੇਂ ਸਮੇਂ ਦੇ ਬਹੁਤ ਹੀ ਮਕਬੂਲ ਕਲਾਕਾਰਾਂ ਕੋਲੋਂ ਗਾਉਂਦਿਆਂ ਸੁਣਿਆ ਜਾਂ ਉਨ੍ਹਾਂ ਦੀ ਰਿਕਾਰਡ ਸੁਣੇ ਨੇ, ਉਹ ਗੀਤ ਤੁਹਾਨੂੰ ਸੁਣਨ ਨੂੰ ਮਿਲਣਗੇ। ਦਵਿੰਦਰ ਜੀ ਆਕਾਸ਼ਵਾਣੀ ਅਤੇ ਟੀਵੀ ਦੇ ਅਪਰੂਵਡ ਆਰਟਿਸਟ ਰਹੇ ਹਨ। ਇਸ ਦੇ ਨਾਲ ਹੀ ਮੈਂ ਉਨ੍ਹਾਂ ਬਾਰੇ ਮੁੱਢਲੀ ਜਾਣਕਾਰੀ ਦੇ ਕਾਰਜ ਨੂੰ ਇੱਥੇ ਹੀ ਸਮੇਟਦਿਆਂ ਹੋਇਆਂ ਉਨ੍ਹਾਂ ਨੂੰ ਰੇਡੀਓ ਚੰਨ ਪਰਦੇਸੀ ਦੇ ਮੰਚ ਦੇ ਉਪਰ ਆਪਣੇ ਵੱਲੋਂ, ਅਦਾਰਾ ਚੰਨ ਪਰਦੇਸੀ ਵੱਲੋਂ ਔਰ ਦੇਸ਼ ਵਿਦੇਸ਼ ਦੇ ਜੁੜੇ ਹੋਏ ਬੇਅੰਤ ਸੂਝਵਾਨ ਸਰੋਤਿਆਂ ਦੀ ਤਰਫੋਂ ਜੀ ਆਇਆਂ ਕਹਿਣਾ। ਦਵਿੰਦਰ ਕੌਰ ਜੀ, ਤੁਸੀਂ ਰੇਡੀਓ ਚੰਨ ਪਰਦੇਸੀ ਦੇ ਸਰੋਤਾ ਸਮੂਹ ਨੂੰ ਮੁਖਾਤਬ ਹੋ ਜੀ, ਕੀ ਕਹਿਣਾ ਚਾਹੋਗੇ ਜੀ? ਹੈਲੋ ਦਵਿੰਦਰ ਕੌਰ ਜੀ, ਮੈਨੂੰ ਤੁਹਾਡੀ ਆਵਾਜ਼ ਨਹੀਂ ਸੁਣਾਈ ਦੇ ਰਹੀ। ਹੈਲੋ, ਦਵਿੰਦਰ ਕੌਰ ਜੀ ਤੁਹਾਡੀ ਆਵਾਜ਼ ਨਹੀਂ ਸੁਣਾਈ ਦੇ ਰਹੀ ਜੀ। ਦੋਸਤੋ, ਮੈਂ ਇੱਕ ਵਾਰੀ ਫੇਰ ਕਮਰਸ਼ੀਅਲ ਲਗਾ ਕੇ ਉਹਨਾਂ ਨੂੰ ਦੁਬਾਰਾ ਲਾਈਨ ਦੇ ਕੇ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ। ਤੁਸੀਂ ਕਿੱਥੇ ਗੁੰਮ ਹੋ ਗਏ ਹੋ? ਤੁਸੀਂ ਦੇਖੋ ਆਪਣਾ ਮੈਸ ਆਪਣਾ ਕਰੀਏ, ਆਪਾਂ ਬਹੁਤ ਦੁਨੀਆਂ ਉਹਦੇ ਵਿਚ ਜੁੜੀ ਹੋਈ ਹੈ। ਮੈਂ ਇਸੇ ਕਰਕੇ ਵਾਰ ਵਾਰ ਤੁਹਾਨੂੰ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਕੌਨਫੀਡੈਂਸ ਹੈਗਾ ਤਾਂ ਆਪਾਂ ਕਰਾਂਗੇ ਸ਼ੋ, ਨਹੀਂ ਤਾਂ ਨਹੀਂ ਕਰਾਂਗੇ। ਹੈਲੋ ਹੈਲੋ, ਇਹ ਕੀ ਕਰਦੇ ਪਏ ਹੋ ਤੁਸੀਂ? ਤੁਸੀਂ 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 ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਸਿਰ ਇਹਨੂੰ ਕੰਨ ਦੇ ਉੱਪਰ ਲਗਾਓ। ਆਪਣਾ ਫੋਨ ਜਿਹੜਾ ਹੈਗਾ ਹੈ ਪਲੀਜ਼। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲ ਰਿਹਾ ਸਾਨੂੰ। ਹੈਲੋ ਹੈਲੋ, ਦਵਿੰਦਰ ਜੀ ਮੇਰੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਜੀ? ਬਿਲਕੁਲ, ਤੁਹਾਡੀ ਆਵਾਜ਼ ਮੈਨੂੰ ਸੁਣਾਈ ਦੇ ਰਹੀ ਹੈ। ਤੁਹਾਡੀ ਆਵਾਜ਼ ਮੇਰੇ ਕੋਲ ਆ ਰਹੀ ਹੈ। ਹਾਂਜੀ, ਲੋ ਦੋਸਤੋ, ਮੇਰੇ ਨਾਲ ਦਵਿੰਦਰ ਕੌਰ ਜੀ ਦੁਬਾਰਾ ਲਾਈਨ ਦੇ ਉਪਰ ਜੁੜ ਚੁੱਕੇ ਨੇ। ਕਿਸੇ ਵਜ੍ਹਾ ਕਰਕੇ ਪਹਿਲੋਂ ਉਹਦੇ ਵਿਚ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਸੀਗੀ ਤੇ ਅਸੀਂ ਪ੍ਰੋਗਰਾਮ ਜਿਹੜਾ ਹੈਗਾ ਸ਼ੁਰੂ ਕਰਨ ਲੱਗੇ ਆ। ਦਵਿੰਦਰ ਜੀ, ਮੈਂ ਤੁਹਾਡੇ ਬਾਰੇ ਕੁਝ ਇੰਟਰੋਡਕਸ਼ਨ ਆਪਣੇ ਸਰੋਤਿਆਂ ਨਾਲ ਸ਼ੁਰੂ ਉਹਨਾਂ ਨਾਲ ਸਾਂਝੀ ਕੀਤੀ ਹੈ।
और हुण जिहड़ी चीज हैगी हुण तुहाडे नाल करांगे। मैं ए चाहुंदा सीगा कि अज दी इस महफिल दा आगाज तुहाडे कोलों किसे धार्मिक गीत नाल कीता जावे, और मैं सुनिया भी तुहाडा गीत जेड़ा सुरिंदर कौर और प्रकाश कौर दा मिलके गाया होया गीत है चुम चुम रखो नीए कलगी जुझार दी, ए थोड़ा थोड़ा भी फेवरेट गीत है, जे तुसी एदे नाल ही आप अज दा प्रोग्राम जेड़ा हैगा शुरू कर सकिए जी। हां जी तुहाडे नाल करांगे। मैं ए चाहुंदा सीगा कि अज दी इस महफिल दा आगाज तुहाडे कोलों किसे धार्मिक गीत नाल कीता जावे, और मैं सुनिया कि तुहाडा गीत जेड़ा सुरिंदर कौर और प्रकाश कौर दा मिलके गाया होया गीत है चुम चुम रखो नी कलगी जुझार दी, ए थोड़ा थोड़ा भी फेवरेट गीत है, जे तुसी एदे नाल ही आप अज दा प्रोग्राम जेड़ा हैगा शुरू कर सकिए जी। हां जी आवाज तो सुन रहे हो तुसी जी, आवाज आ रही थानू जोगिंदर जी? आवाज आ रही है, तुसी बोलो। अच्छा जी हां जी हां जावे, और मैं सुनिया कि तुहाडा गीत जेड़ा सुरिंदर कौर और प्रकाश कौर दा मिलके गाया होया गीत है चुम चुम रखो नी कलगी जुझार दी, ए थोड़ा थोड़ा भी फेवरेट गीत है, जे तुसी एदे नाल ही आप अज दा प्रोग्राम जेड़ा हैगा शुरू कर सकते जी। हां जी आवाज तो सुन रहे हो तुसी जी? हां जी मैं गा रही हां जी। हां जी जोगिंदर जी आवाज आ रही है, तुसी बोलो। हां जी चुम चुम रखो नीए कलगी जुझार दी फुल्लां नाल गुंदो लड़ी हीरियां दे हार दी, चुम चुम रखो नीए कलगी जुझार दी फुल्लां नाल गुंदो लड़ी हीरियां दे हार दी, जंग विच लड़ी के जंग विच लड़ के सपाई कलगी जुझार दी फुल्लां नाल गुंदो लड़ी हीरियां दे हार दी, जंग विच रखो नी कलगी जुझार दी जंग विच लड़ के सिपाही मेरी ओर के चल मुस्कुराने वेड़े बिच ठाठा मारू खुशी संसार दे चुम चुम रखो नी कलगी जुझार दी जंग विच लड़े के सिपाही मेरी ओर के चल मुस्कुराने वेड़े बिच ठाठा मारू खुशी संसार दे तुम तुम रखो नीए कलगी जुझार दे कूले कूले हाथ के बाला विच गोरियां जिन्हां दा विछोड़ा मेरा कलसी सहार दे Thank you.
ਦਵਿੰਦਰ ਕੌਰ ਜੀ, ਤੁਹਾਨੂੰ ਮੇਰੀ ਆਵਾਜ਼ ਸੁਣਾਈ ਦੇ ਰਹੀ ਹੈ ਜੀ? ਹਾਂਜੀ, ਸੁਣਾਈ ਦੇ ਰਹੀ ਹੈ ਵੀਰੇ। ਉਹ ਤੁਸੀਂ ਉਹ ਫੇਰ ਤੁਹਾਡਾ ਕੰਟੀਨਿਊਸਲੀ ਉਹੀ ਗੀਤ ਜਿਹੜਾ ਹੈਗਾ ਵੱਜ ਰਿਹਾ, ਇਹਦੇ ਚ ਕੋਈ ਮੈਸਅਪ ਹੋ ਗਿਆ ਤੁਹਾਡੇ ਕੋਲੋਂ, ਉਹ ਫੇਰ ਗੱਲ ਨਹੀਂ ਬਣਨੀ ਗੀ ਤੇ ਮੈਨੂੰ ਪ੍ਰੋਗਰਾਮ ਕੈਂਸਲ ਕਰਨਾ ਪੈਣਾ ਹੈਗਾ। ਨੈਚੁਰਲੀ ਪਤਾ ਹੀ ਡੋਂਟ ਨੋ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ, ਮੇਰੇ ਇਹੀ ਸਮਝ ਵਿੱਚ ਨਹੀਂ ਆ ਰਹੀ। ਸਮਝ ਵਿੱਚ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਤੁਸੀਂ ਸਿਰਫ ਫੋਨ ਤੇ ਮੇਰੀ ਗੱਲ ਸੁਣਨੀ ਸੀ, ਸਿਰਫ ਤੁਸੀਂ ਜੇ ਲੈਪਟਾਪ ਤੁਹਾਡੇ ਕੋਲ ਹੈਗਾ ਉਹਨੂੰ ਕਿਸੇ ਚੀਜ਼ ਨਾਲ ਕੁਨੈਕਟ ਨਾ ਕਰੋ, ਉਹਦੇ ਤੇ ਤੁਸੀਂ ਸਕ੍ਰਿਪਟ ਪੜ੍ਹਨੀ ਹੈ ਤਾਂ ਪੜ੍ਹ ਸਕਦੇ ਹੋ, ਬਸ ਇਹ ਇਦੋਂ ਇਲਾਵਾ ਨਹੀਂ। ਤੁਸੀਂ ਮੈਨੂੰ ਲੱਗਦੀ ਹੈ ਮੈਨੂੰ ਤੁਸੀਂ ਲੈਪਟਾਪ ਰਾਹੀਂ ਸੁਣ ਰਹੇ ਹੋ। ਓਕੇ, ਮੈਂ ਹੁਣ ਲੈਪਟਾਪ ਬੰਦ ਕਰ ਦਿੱਤਾ। ਹਾਂਜੀ, ਓਹਦਾ ਕੋਈ ਮਤਲਬ ਨਹੀਂ ਹੈ, ਤੁਸੀਂ ਸਿਰਫ ਫੋਨ ਤੁਹਾਡਾ, ਮੈਂ ਤੁਹਾਨੂੰ ਫੋਨ ਕਾਲ ਕੀਤਾ, ਤੁਸੀਂ ਫੋਨ ਆਪਣੇ ਕੰਨ ਨਾਲ ਲਗਾਓ, ਮੇਰੀ ਆਵਾਜ਼ ਸੁਣੋ ਤੇ ਤੁਹਾਡਾ ਮੇਰਾ ਜਿਹੜਾ ਸਾਰਾ ਪ੍ਰੋਗਰਾਮ ਉਹ ਤੁਹਾਨੂੰ ਸੁਣਾਈ ਵੀ ਦਵੂਗਾ। ਹਾਂ ਨਹੀਂ, ਹੁਣ ਠੀਕ ਹੈ, ਹੁਣ ਮੈਂ ਠੀਕ ਮੈਂ ਕਰਾਂਗੀ। ਹਾਂਜੀ ਹਾਂਜੀ, ਸੋ ਸੋਰੀ। ਹਾਂਜੀ, ਲੋ ਜੀ, ਪਹਿਲਾ ਗੀਤ ਧਾਰਮਿਕ ਗੀਤ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਸੁਰਿੰਦਰ ਕੌਰ ਔਰ ਪ੍ਰਕਾਸ਼ ਕੌਰ ਦਾ ਗਾਇਆ ਹੋਇਆ ਗੀਤ ਹੈ ਔਰ ਆਪਣੇ ਆਪ ਵਿਚ ਅਮਰ ਹੈ। ਇੰਨੇ ਸਾਲ ਇਸ ਗੀਤ ਨੂੰ ਸੁਣਦੇ ਹੋ ਗਏ ਨੇ ਪਰ ਕਦੇ ਵੀ ਤੁਹਾਨੂੰ ਇਹਦੇ ਤੋਂ ਕੋਈ ਥਕਾਵਟ ਨਹੀਂ ਹੁੰਦੀ। ਮੈਂ ਕਈ ਗੱਲਾਂ ਬਾਤਾਂ ਵੀ ਅਸੀਂ ਕਰਦੇ ਜਾਵਾਂਗੇ, ਮੈਂ ਦਵਿੰਦਰ ਕੌਰ ਜੀ ਨਾਲ ਉਹਨਾਂ ਦੇ ਸਵਾਲ ਵੀ ਪੁੱਛਦਾ ਜਾਵਾਂਗਾ ਤੇ ਤੁਹਾਨੂੰ ਨਾਲ ਨਾਲ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵੀ ਸੁਣਵਾਉਂਦੇ ਜਾਵਾਂਗੇ। ਇਸ ਤੋਂ ਅਗਲਾ ਗੀਤ ਜਿਹੜਾ ਹੈਗਾ ਬਹੁਤ ਹੀ ਇੱਕ ਮਸ਼ਹੂਰ ਗੀਤ ਹੈ ਸ਼ੌਂਕਣ ਮੇਲੇ ਦੀ, ਤੁਸੀਂ ਪਹਿਲੇ ਵੀ ਸੁਣਿਆ ਹੋਣਾ ਔਰ ਇਹ ਸ਼ੌਂਕਣ ਮੇਲੇ ਦੀ ਦਾ ਜਿਹੜਾ ਗੀਤ ਹੈਗਾ ਬਹੁਤ ਹੀ ਵਜਿਆ ਆਪਣੇ ਆਪਣੇ ਸਮੇਂ ਦੇ ਵਿੱਚ, ਉਸ ਨੂੰ ਬਾਰ ਬਾਰ ਸੁਣਿਆ ਜਾਂਦਾ ਸੀ, ਹੁਣ ਵੀ ਸੁਣਿਆ ਜਾਂਦਾ ਤੇ ਮੇਰੀ ਸਿਫਾਰਿਸ਼ ਹੈਗੀ ਹੈ ਦਵਿੰਦਰ ਕੌਰ ਜੀ ਨੂੰ ਕਿ ਆਪਾਂ ਇਹ ਗੀਤ ਜਿਹੜਾ ਹੈਗਾ ਸ਼ੌਂਕਣ ਮੇਲੇ ਦੀ, ਚਨਵੇਖ ਸ਼ੌਂਕਣ ਮੇਲੇ ਦੀ ਜਿਹੜਾ ਹੈਗਾ ਇਹਨਾਂ ਕੋਲੋਂ ਸੁਣੀਏ ਜੀ। ਹਾਂਜੀ ਮਾਨ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਈ ਐਮ ਸੋ ਸੋਰੀ ਕਿ ਥੋੜਾ ਡਿਸਟਰਬੈਂਸ ਹੋ ਗਈ ਆ ਆਪਣਾ ਲੈਪਟਾਪ ਕਰਕੇ, ਤੇ ਮੈਂ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਬੋਲਦੀ ਹਾਂ ਤੁਹਾਡਾ ਚੰਨ ਪਰਦੇਸੀ ਰੇਡੀਓ ਤੋਂ ਬਹੁਤ ਬਹੁਤ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਤੁਹਾਡੇ ਨਾਲ ਗੱਲਬਾਤ ਕਰਨ ਦਾ, ਤੁਹਾਡੇ ਸਰੋਤਿਆਂ ਨੂੰ ਮਿਲਣ ਦਾ। ਇਹ ਮੇਰੇ ਵਾਸਤੇ ਬਹੁਤ ਅੱਛਾ ਦਿਨ ਹੈ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖੇ ਤੁਹਾਡੇ ਚੰਨ ਪਰਦੇਸੀ ਨੂੰ ਤੇ ਚੜ੍ਹਦੀ ਕਲਾ ਵਿੱਚ ਰਹੇ। ਤੇ ਮੈਂ ਉਹ ਤੁਸੀਂ ਜਿਹੜਾ ਗਾਣਾ ਫਰਮਾਇਸ਼ ਕੀਤਾ ਮੈਂ ਉਹ ਬੋਲਦੀ ਹਾਂ। ਬਹੁਤ ਮਿਹਰਬਾਨੀ ਜੀ, ਤੁਸੀਂ ਬਹੁਤ ਚੰਗੇ ਸ਼ਬਦ ਕਹੇ ਨੇ ਰੇਡੀਓ ਚੰਨ ਪਰਦੇਸੀ ਬਾਰੇ, ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਸਾਡੇ ਨਾਲ ਨੈਟਵਰਕ ਦੇ ਉੱਪਰ ਆਏ ਹੋ ਔਰ ਅਸੀਂ ਤੁਹਾਡੀ ਕਲਾ ਜਿਹੜੀ ਹੈਗੀ ਹੈ ਉਹਨੂੰ ਸਰੋਤਿਆਂ ਤੱਕ, ਦੂਰ ਦੂਰ ਤੱਕ ਬੈਠੇ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸ਼ੌਂਕਣ ਮੇਲੇ ਦੀ ਜੀ, ਚਨਵੇ ਸ਼ੌਂਕਣ ਮੇਲੇ ਦੀ, ਚਨਵੇ ਚਨਵੇ ਸ਼ੌਂਕਣ ਮੇਲੇ ਦੀ, ਪੈਰ ਧੋ ਕੇ ਚਾਂਜ ਰਾਮ ਪਾਉਂਦੀ, ਮੇਲ ਦੀ ਆਉਂਦੀ ਸ਼ੌਂਕਣ ਮੇਲੇ ਦੀ, ਚਨਵੇ ਸ਼ੌਂਕਣ ਮੇਲੇ ਦੀ, ਚਨਵੇ ਕੇ ਉਤਲੇ ਕੇ ਅੰਮ੍ਰਿਤਸਿਆ, ਚਨਵੇ ਕੇ ਉਤਲੇ ਕੇ ਅੰਮ੍ਰਿਤਸਿਆ, ਗੱਲ ਪਾ ਕੇ ਵਾਸ ਕੱਟ ਕਾਲੀ, ਮੁਰਬਿਆਂ ਵਾਲੀ ਸ਼ੌਂਕਣ ਓਏ ਹੋਏ ਸ਼ੌਂਕਣ ਮੇਲੇ ਦੀ, ਚਨਵੇ ਸ਼ੌਂਕਣ ਮੇਲੇ ਦੀ, ਚਨਵੇ ਕੇ ਰਾਈਆਂ ਨੂੰ ਰਾਹ ਭੁੱਲ ਗਏ, ਚਨਵੇ ਕੇ ਰਾਈਆਂ ਨੂੰ ਰਾਹ ਭੁੱਲ ਗਏ, ਉਹ ਤੇ ਗੋਰੀਆਂ ਹੱਥਾਂ ਦੀ ਮਹਿੰਦੀ, ਬੜਾ ਗੱਲ ਪੈਂਦੀ ਸ਼ੌਂਕਣ ਓਏ ਹੋਏ ਸ਼ੌਂਕਣ ਮੇਲੇ ਦੀ, ਵਾਹ ਵਾਹ ਵਾਹ, ਬਹੁਤ 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 ਵਧੀਆ ਜੀ ਸ਼ੌਂਕਣ ਮੇਲੇ ਦੀ। ਜਿਵੇਂ ਦੋਸਤੋ ਤੁਹਾਡੇ ਵਿਚੋਂ ਬਹੁਤ ਲੋਕ ਜਾਣਦੇ ਨੇ ਇਸ ਗੀਤ ਨੂੰ, ਸੁਰਿੰਦਰ ਕੌਰ ਨੇ ਔਰ ਨਰਿੰਦਰ ਕੌਰ ਨੇ ਮਿਲ ਕੇ ਵੀ ਗਾਇਆ ਔਰ ਇਕੱਲਿਆਂ ਵੀ ਜਿਹੜਾ ਹੈ ਪ੍ਰਕਾਸ਼ ਕੌਰ ਦੀ ਆਵਾਜ਼ ਵਿਚ ਇਹ ਰਿਕਾਰਡ ਹੋਇਆ ਸੀ। ਬਹੁਤ ਸਾਰੇ ਗੀਤ ਨੇ ਸੁਰਿੰਦਰ ਕੌਰ ਔਰ ਪ੍ਰਕਾਸ਼ ਕੌਰ ਦੇ ਔਰ ਮੈਂ ਮਹਿਸੂਸ ਕਰਦਾ ਵੀ ਉਹਨਾਂ ਨੇ ਪੰਜਾਬੀ ਗਾਇਕੀ ਦੇ ਵਿੱਚ ਇੱਕ ਬਹੁਤ ਵੱਡਾ ਪੁਲਾਂਗ ਪੁੱਟਿਆ ਔਰ ਨਵਾਂ ਪੜਾਅ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਖਾਸ ਕਰਕੇ ਲੇਡੀਜ਼ ਦਾ ਜਿਹੜਾ ਗਾਉਣ ਵਾਲਾ ਸੀਗਾ ਕੰਮ, ਉਹ ਸਿਰਫ ਜਿਹੜੇ
लोक गीत सन ओह तो गांदियां सन ओह लेकिन उन्हां दा कोई इस तरह का रूप नहीं सीगा। लेकिन मैं लगती है सुरिंदर कौर और प्रकाश कौर इन्होंने रेडियो तो अपनी शुरुआत की सी, बहुत चंगी ऑडियंस सी उन्होंने कोल, उन्हों का नाम सी जी, और जी, फिर उन्होंने इन्होंने गीतों नू रिकॉर्ड भी करवाना शुरू कर दिता और बहुत वड्डे वड्डे जड़े उस समय दे गायक सीगे माफ करना जड़े गीतकार सीगे जड़े गीत लिखते सी उन्हां दीआं वधिया तो वधिया रचनावां जड़ियां सीगियां ओह इन्हां दोवां भैणां ने गाईआं और उन्हां नू बहुत बुलंदी तक पहुंचा दिता। ये एक बहुत वधिया संगीत दा दौर सी जिस दे विच गीतां नू लिखण वाले भी ते गीतां नू गाउण वाले भी दोवां नू बड़ी वडियाई प्राप्त होई और बड़ा उन्हां दा नाम बनिया। लो जी असी काफी सारे जिहड़े गीत ने मेरे ख्याल थानू सुनन नू अज मिलणगे, ये ओही गीत ने जिन्हां नू तुसी बार बार सुनना चाहुंदे हो और साडे वास्ते बड़ी खुशी दी गल है कि साडे नाल जिहड़े कलाकार इस वेले जुड़े हुए ने दविंदर जी उन्हां नू बहुत मुहारत है इन्हां गीतां नू गाउण दी। लो जी अगला गीत उन्हां दे कोलों सुनदे हैगे ऐ कैंठे वाला आ गया प्रौणा निमाय तेरा काम ना मुके जी। इक कैंठे वाला आ गया परौणा निमाय तेरे काम ना मुके साडे मुड़ मुड़ इन्हें कदे आना निमाय तेरे काम ना मुके तुरदा ते तिलेदार जुत्ती कड़क दी तुरदा ते तिलेदार जुत्ती कड़क दी अखा विच अग वांगू लाली पड़क दी अखा विच अग वांगू लाली पड़क दी कुंजिया पड़ो माए कड़ा नी संदूक विचों फुला वाला रेशमी मशाना नी माए तेरे कम ना मुके साडे मुड़ मुड़ एने कद आना नी माए तेरे कम ना मुके। वाह वाह नी माए तेरे काम ना मुके इन्हे कद कद होना बहुत 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 वधिया। देखो ये किन्नियां सधारण गल्लां सन लेकिन गीतकारी दे विच जदों मढ़ियां गईयां ने जदों सज गईयां ने उदों उन्हां दी की कीमत बन जांदी हैगी। असी कैंठे वाले प्रौहणे आउंदे होए वेखे ने लेकिन जदों उन्हां नूं गीतां दा हिस्सा बनाया गया तो वह लगता सीगा भी हर कैंठे वाला जिहड़ा आ रहा प्रौहणा शायद इहदा गीत जिहड़ा हैगा वह सुरिंदर कौर गा रही होनी है किते ना किते। बहुत अच्छा लग रहा है जी तुसी बहुत वधिया निभा रहे हो। लो हुण थोड़ी जी आप वैरायटी भी रखिए हुण आप दविंदर जी पासों एक हिंदी गीत सुनांगे और हिंदी गीत जिहड़ा हैगा बहुत अपने समय दा बहुत ही प्रसिद्ध गीत सीगा हो बिछड़े हुए परदेसी। मेरा ख्याल है तुसी सुनोगे तो थानू पुरानियां यादां जिहड़ियां हैगियां ਉਹ ਦੁਬਾਰਾ ਤਾਜ਼ਾ ਹੋ ਜਾਣਗੀਆਂ। ਲਓ ਜੀ ਦਵਿੰਦਰ ਜੀ ਸਾਂਝਾ ਕਰੋ ਫਿਰ ਵਿਛੜੇ ਹੋਏ ਪਰਦੇਸੀ ਜੀ। ਥੈਂਕ ਯੂ ਮਾਨ ਸਾਹਿਬ ਭਾਈ ਮੇਰਾ ਵੀ ਬਹੁਤ ਫੇਵਰੇਟ ਗੀਤ ਹੈਗਾ ਹੈ ਮੈਂ ਵੀ ਆਪਣੇ ਯੰਗ ਏਜ ਬਹੁਤ ਗਾਉਂਦੀ ਹੁੰਦੀ ਸੀ ਤਾਂ ਵਿਛੜੇ ਹੋਏ ਪਰਦੇਸੀ ਇੱਕ ਵਾਰ ਤੋਂ ਆਨਾ ਤੋ जब आँख मिलाई है नजरी न चुराना तू बिछड़े हुए परदेसी वादे भी किए तूने भाई थी कसम मेरी वादे भी किए तूने भाई थी कसम मेरी वादों पे ही जीती हूँ एक आस लिए तेरी कितनी है अरज मेरी मुझको न रुलाना तो जब आप मिलाई है नजरी न चुराना तू बिछड़े हुए परदेसी
जब अपना बनाया है न को जाना, जब दिल में बसाया है, जो बात कही तूने वो बात निभाना, तो जब आँख मिलाई है नजरे न चुराना, तो बिछड़े हुए परदेसी। वाह 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 वाह, बिछड़े हुए परदेसी, क्या बात है। बहुत पुरानी फिल्म दा गाया होया आज गीत दोबारा सुनने जी कीता है, और बहुत बहुत पसंद आया। मेरे ख्याल इस तरीके नाल साडे स्रोते जेड़े हैगे उन्हूं वो इंजॉय कर रहे होंगे। दविंदर जी थोड़े नाल ये भी गल करदे जाइए कि जेड़े पुराने समय दे खास करके फिल्मां दे म्यूजिक डायरेक्टर सीगे, ओ राग और रागणियां दा तो बड़े जानकार सीगे, और इसे करके उन्होंने जेड़ियां धुनां बनाईयां ओ धुनां जेड़ियां हैगियां ने ओ कदे मरदियां नहीं, कदे ओ पुरानियां नहीं हुंदियां, और कदी तुसी उन्हां नूं सुन सुन के बोर नहीं हुंदे, सगो हर बारी दोबारा फिर ओही ताजगी थोड़े मन विच आ जांदी है। और ये जेड़े पुराने संगीत डायरेक्टर सीगे इन्हां दियां धुनां दा अमर होना भी इसे गल दे उपर ही है, क्योंकि उन्हां दे विच राग रागणियां शामिल हुंदियां सन, और राग रागणियां एक इहो जी चीज हैगी है जिथे भी किते उन्हां दा मिश्रण होएगा ओ एक चीज एक ऐसी अमर बन जांदी हैगी है कि ओ कदे वक्त नाल ओदा जेड़ा रंग है ओ फिक्का नहीं पैंदा। जी बिल्कुल नहीं। ते मैं तुहाडे कोल नाल नाल ए भी पुछदा जावां क्योंकि स्रोतियां दी दिलचस्पी हुंदी है जानन वास्ते, कदों कि तुसी संगीत नाल जुड़े जां थानू संगीत दियां चीजां जदों तुसी गाउंदे सी सुणाउंदे सी ते जेड़े सुनन वाले सी ओ तुहाडी तारीफ करदे सीगे, ਸਾਡੇ ਨਾਲ ਸ਼ੇਅਰ ਕਰੋ ਤਾਂ ਬਹੁਤ ਚੰਗਾ ਲੱਗੇਗਾ ਜੀ। ਹਾਂਜੀ ਮਾਨ ਸਾਹਿਬ, ਇਸ ਤਰ੍ਹਾਂ ਕਿ ਮੈਂ ਜਦੋਂ 10th ਵਿੱਚ ਗੁਰੂ ਨਾਨਕ ਸਕੂਲ ਅੰਮ੍ਰਿਤਸਰ ਚ ਪੜ੍ਹਦੀ ਸੀ ਤੇ ਉਦੋਂ ਮੈਂ 4-5 ਕੁੜੀਆਂ ਦੇ ਨਾਲ ਬੈਠ ਕੇ ਗਾਉਂਦੀ ਸੀ ਤੇ ਉਹ ਫਿਰ ਮੈਨੂੰ ਪਕੜ ਕੇ ਬੈਠ ਜਾਂਦੀਆਂ ਸੀ ਸਾਨੂੰ ਗਾਣਾ ਸੁਣਾਓ। ਤਾਂ ਉਸ ਤੋਂ ਬਾਅਦ ਮੇਰੀ ਕਾਲਜ ਦੇ ਵਿੱਚ ਮੈਂ ਜਦੋਂ ਗਈ ਹਾਂ ਉਸ ਵਕਤ ਵੀ ਕੁੜੀਆਂ ਨੇ ਮੈਨੂੰ ਘੇਰ ਲਿੱਤਾ ਕਿ ਤੁਸੀਂ ਕੋ ਤੁਹਾਨੂੰ ਕੁਛ ਆਉਂਦਾ, ਮੈਂ ਕਿਹਾ ਹਾਂ ਮੈਂ ਗਾਣਾ ਗਾਉਂਦੀ। ਇੱਕ ਗਾਣਾ ਮੈਂ ਉਹਨਾਂ ਦੇ ਨਾਲ ਗਾਇਆ ਸੀ ਤੇ ਫਿਰ ਉਸ ਤੋਂ ਬਾਅਦ ਉਹ ਪ੍ਰਿੰਸੀਪਲ ਸਾਹਿਬ ਨੂੰ ਪਤਾ ਚੱਲਿਆ ਤੇ ਉਹਨਾਂ ਨੇ ਫਿਰ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਸੀ ਤੇ ਉਹ ਮੇਰਾ ਗਾਣਾ ਰੱਖ ਦਿੰਦੇ ਹੁੰਦੇ ਸੀ। ਸਭ ਤੋਂ ਵੱਡੀ ਜਿਹੜੀ ਮੈਨੂੰ ਸਕਸੈਸ ਮਿਲੀ ਹੈ ਉਹ ਮੇਰੀ ਸ਼ਾਦੀ ਦੀ ਰਿਸੈਪਸ਼ਨ ਤੇ ਗੁਰੂ ਗ੍ਰੰਥ ਸਾਹਿਬ ਲਿਆਂਦੇ ਸੀਗੇ ਤੇ ਕੀਰਤਨ ਹੋਇਆ ਤੇ ਮੇਰੇ ਫਾਦਰ ਇਹਨਾਂ ਨੇ ਮੈਨੂੰ ਕਿਹਾ ਕਿ ਵੀ ਰਾਣੀ ਤੂੰ ਸ਼ਬਦ ਪੜ੍ਹਦੀ ਹੈ, ਮੈਨੂੰ ਪਤਾ ਲੱਗਾ ਤੈਨੂੰ ਗਾਉਣ ਦਾ ਬੜਾ ਸ਼ੌਕ ਹੈਗਾ ਤੇ ਉਹਨਾਂ ਨੇ ਮੇਰੇ ਕੋਲੋਂ ਸ਼ਬਦ ਸੁਣਿਆ, ਵਿਸਰ ਗਈ ਸਭ ਤਾਤ ਪਰ ਆਈ ਜਬ ਕੇ ਸਾਧ ਸੰਗਤ ਮੋਹੇ ਪਾਈ। ਉਹਨਾਂ ਨੇ ਮੇਰਾ ਗਾਣਾ ਸੁਣਦਿਆਂ ਸਾਰੇ ਉਹਨਾਂ ਨੂੰ ਪਤਾ ਨੀ, ਮੈਂ ਇੰਨਾ ਖੁਸ਼ ਹੋਈ ਮੈਂ ਦਿਨ ਕਦੀ ਨੀ ਭੁੱਲਾਂਗੀ। ਉਹਨਾਂ ਦੀ ਜਿਹੜੀ ਐਕਸਾਈਟਮੈਂਟ ਸੀ ਜਿਸ ਵਕਤ ਪਾਰਟੀ ਖਤਮ ਹੋ ਗਈ, ਬਾਅਦ ਵਿੱਚ ਮੈਨੂੰ ਕਹਿੰਦੇ ਰਾਣੀ ਤੂੰ ਤੈਨੂੰ ਸ਼ਾਬਾਸ਼ ਹੈ, ਤੂੰ ਆਪਣੇ ਸਾਰੇ ਇੰਸਟਰੂਮੈਂਟਸ ਇੰਡੀਆ ਤੋਂ ਲੈ ਕੇ ਆਪਣੀ ਮਾਂ ਦੇ ਕੋਲੋਂ ਲੈ ਕੇ ਆ, ਸੋਰੀ ਅੰਮ੍ਰਿਤਸਰ ਤੋਂ ਲੈ ਕੇ ਆ, ਤੇ ਤੂੰ ਜਿਸ ਜਗ੍ਹਾ ਤੇ ਤਰੱਕੀ ਕਰਨਾ ਚਾਹੁੰਦੀ ਤਰੱਕੀ ਕਰ। ਚੱਕਰ ਇਹ ਕਿ ਪੇਰੈਂਟਸ ਜਿਹੜੇ ਮੇਰੇ ਸੀ ਨਾ ਉਹ ਮੈਨੂੰ ਗਾਣੇ ਵਾਸਤੇ ਮਨਾ ਨਹੀਂ ਸੀ ਕਰਦੇ, ਬਟ ਉਹ ਸਟੇਜ ਦੇ ਉੱਤੇ ਨਹੀਂ ਸੀ ਜਾਣ ਦਿੰਦੇ। ਇੱਥੋਂ ਮੈਨੂੰ ਸਟੇਜ ਦੇ ਉੱਤੇ ਆਉਣ ਦੇ ਉੱਤੇ ਬੜੀ ਇੰਸਪੀਰੇਸ਼ਨ ਆਪਣੇ ਫਾਦਰ ਇਲਾ ਕੋ ਮਿਲੀ ਆ। ਤੇ ਫਿਰ ਮੈਂ ਪਹਿਲਾਂ ਗੁਰਬਾਣੀ ਦਾ ਕੀਰਤਨ ਗਾਉਂਦੀ ਪਈ ਸੀ, ਉਹ ਕਹਿੰਦੇ ਤੁਸੀਂ ਰੇਡੀਓ ਤੇ ਅਪਲਾਈ ਕਰੋ। ਉਹਨਾਂ ਦਿਨਾਂ ਚ ਬਾਈ ਚਾਂਸ ਮੇਰੀ ਟ੍ਰਾਂਸਫਰ ਹੋ ਗਈ ਜਾਮਨਗਰ ਗੁਜਰਾਤ ਵਿਚ, ਤੇ ਉੱਥੇ ਫਿਰ ਮੇਰੇ ਪ੍ਰਿੰਸੀਪਲ ਨੇ ਮੇਰਾ ਗਾਣਾ ਸੁਣਿਆ ਤੇ ਉਹ ਬੜੇ ਅੱਛੇ ਉਹਨਾਂ ਨੂੰ ਅੱਛਾ ਲੱਗਿਆ ਤੇ ਉਹ ਕਹਿੰਦੇ ਨਹੀਂ ਨਹੀਂ ਤੁਸੀਂ ਇੱਥੇ ਰੇਡੀਓ ਸਟੇਸ਼ਨ ਹੈਗਾ ਤੂੰ ਮੇਰੇ ਕੋਲ ਛੁੱਟੀ ਲੈ ਕੇ ਤੂੰ ਜਾ ਕੇ ਅਪਲਾਈ ਕਰਕੇ ਆ। ਉਦੋਂ ਨਾ ਉਸ ਟਾਈਮ ਤੇ ਅਪਲਾਈ ਕਰ ਲੈਂਦੇ ਸੀ ਤੇ ਐਕਸੈਪਟ ਕਰ ਲੈਂਦੇ ਸੀਗੇ, ਔਰ ਆਈ ਵਾਸ ਦਾ ਫਸਟ ਲੇਡੀ ਜਿਹਨੇ ਸਭ ਤੋਂ ਪਹਿਲਾਂ ਪੰਜਾਬੀ ਪ੍ਰੋਗਰਾਮ ਸ਼ੁਰੂ ਕੀਤਾ ਸੀ ਉੱਥੇ। ਹਾਂਜੀ 15 ਮਿੰਟ ਸਵੇਰੇ ਮੈਂ ਗੁਰਬਾਣੀ ਪੜ੍ਹਦੀ ਸੀ ਔਰ ਸ਼ਾਮ ਨੂੰ 5-5 ਵਜੇ ਮੈਂ ਲੋਕ ਗੀਤ ਗਾਉਂਦੀ ਸੀਗੀ ਤੇ ਉਹਨਾਂ ਨੂੰ ਸਾਡੇ ਨਾ ਮਤਲਬ ਇੰਨੇ ਅੱਛੇ ਲੱਗੇ ਪੰਜਾਬੀ ਦੇ ਬੋਲ ਗਾਣੇ ਦੇ ਗੁਰਬਾਣੀ ਦੇ ਤੇ ਉਹ ਸਾਰਾ ਜਿਹੜੇ ਇੰਸਟਰੂਮੈਂਟ ਸਾਰੇ ਵਾਲੇ ਜਾਣ ਵਾਲੇ ਸੀ ਉਹ ਇਤਨੇ ਬੀਬੇ ਬੰਦੇ ਸੀ, ਬੜਾ ਐਪਰੀਸ਼ੀਏਟ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਫਿਰ ਚੱਕਰ ਇਹ ਹੋਇਆ ਕਿ ਮੈਨੂੰ ਫਿਰ
ਆਪਣੇ ਜਦੋਂ ਅਸੀਂ ਰੇਡੀਓ ਸਟੇਸ਼ਨ ਅਸੀਂ ਗਾਉਣ ਵਾਸਤੇ ਜਾਂਦੇ ਸੀ ਉੱਥੇ ਸ਼੍ਰੀ ਸੁਰਿੰਦਰ ਕੌਰ ਜੀ ਵੀ ਆਉਂਦੇ ਸੀਗੇ, ਪ੍ਰਕਾਸ਼ ਕੌਰ ਜੀ ਆਉਂਦੇ ਸੀ, ਕੇਸਰ ਸਿੰਘ ਨਰੂਲਾ ਹੈਗੇ ਨੇ, ਉਹਨਾਂ ਨੇ ਮੇਰੀ ਸੀਡੀਆਂ ਬਣਾਈਆਂ ਸੀਗੀਆਂ ਜੀ ਐਚ ਐਮ ਵੀ ਦੇ ਵਿੱਚ। ਐਚ ਐਮ ਵੀ ਉਦੋਂ ਵਿੱਚ ਬੜਾ ਮਸ਼ਹੂਰ ਸੀਗਾ ਨਾ ਰਿਕਾਰਡਿੰਗ ਸਿਸਟਮ। ਤੇ ਫਿਰ ਵਧਦਿਆਂ ਵਧਦਿਆਂ ਫਿਰ ਜਿੰਨਾ ਜਿੰਨਾ ਲੋਕਾਂ ਨੂੰ ਪਤਾ ਲੱਗਾ ਉਹ ਸਾਰੇ ਫਿਰ ਮੇਰੇ ਕੋਲ ਆਏ, ਫਿਰ ਉਹਨਾਂ ਨੇ ਮੇਰੇ ਕੋਲ ਸੀਡੀਆਂ ਵੀ ਬਣਵਾਈਆਂ। ਉਦਾਂ ਜਿੰਨਾ ਚ ਟੇਪ ਦਾ ਰਿਵਾਜ਼ ਸੀ, ਟੇਪ ਬੜੀ ਚੱਲਦੀ ਸੀਗੀ, ਫਿਰ ਮੈਂ ਸਟੇਜ ਪ੍ਰੋਗਰਾਮ ਬਹੁਤ ਕਰਦੀ ਸੀ, ਫਿਰ ਕਾਫੀ ਡਿਮਾਂਡ ਆਉਂਦੀ ਸੀ ਏਅਰਫੋਰਸ ਦੇ ਵਿੱਚ। ਤੇ ਮੈਨੂੰ ਤਕਰੀਬਨ ਕੋਈ ਫੰਕਸ਼ਨ ਐਸਾ ਨਹੀਂ ਸੀ ਹੁੰਦਾ ਜਿਸ ਫੰਕਸ਼ਨ ਚ ਉਹ ਮੈਨੂੰ ਬੁਲਾਉਂਦੇ ਨਹੀਂ ਸੀ ਹੁੰਦੇ। ਤੇ ਮੈਨੂੰ ਆਈ ਐਮ ਵੈਰੀ ਥੈਂਕਫੁਲ ਟੂ ਵਾਹਿਗੁਰੂ ਜੀ ਕਿ ਉਹਨਾਂ ਨੇ ਮੈਨੂੰ ਇੰਨੀ ਹਿੰਮਤ ਦਿੱਤੀ, ਮੇਰੇ ਫਾਦਰ ਇਹਨਾਂ ਨੇ ਮੈਨੂੰ ਇੰਨਾ ਇਨਕਰੇਜ ਕੀਤਾ। ਨਹੀਂ ਤੇ ਅੱਜ ਦੀ ਡੇਟ ਵਿੱਚ ਤੇ ਕਾਫੀ ਲੋਕ ਚੇਂਜ ਹੋ ਗਏ, ਉਹਨਾਂ ਦਿਨਾਂ ਚ ਤੇ ਪੇਰੈਂਟਸ ਨਹੀਂ ਸੀ ਗਾਉਂਦੇ ਤੇ ਫਾਦਰ ਇਹਨਾਂ ਤੇ ਬਹੁਤ ਦੂਰ ਦੀ ਗੱਲ। ਸੋ ਮੇਰੇ ਫਾਦਰ ਹੀ ਵਾਜ਼ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਹੀ ਵਾਜ਼ ਅੰਡਰ ਸੈਕਟਰੀ, ਵੈਰੀ ਨਾਈਸ ਪਰਸਨ। ਮੇਰੀ ਮਦਰ ਇਹਨਾਂ ਨੂੰ ਗਾਉਣ ਦਾ ਸ਼ੌਂਕ ਸੀ, ਉਹਨਾਂ ਨੇ ਲਤਾ ਦੀਆਂ ਸਾਰੀਆਂ ਕਾਪੀਆਂ ਰੱਖੀਆਂ ਹੋਈਆਂ ਸੀਗੀਆਂ। ਮੈਂ ਕਿਹਾ ਮੇਰੇ ਵਾਸਤੇ ਪੂਰੇ ਦਰਵਾਜ਼ੇ ਖੁੱਲ ਗਏ ਤੇ ਸੋ ਇਹ ਹਾਂਜੀ 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 ਜੀ ਹਾਂ। ਵਾਹ ਵਾਹ ਬਹੁਤ ਅੱਛੇ, ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਕੋਲੋਂ ਜ਼ਿੰਦਗੀ ਦੀਆਂ ਪੁਰਾਣੇ ਜਿਹੜੇ ਹਾਦਸੇ ਆ ਸੁਣ ਕੇ, ਔਰ ਕਿਵੇਂ ਤੁਹਾਡੀ ਇਸ ਗਾਇਕੀ ਨੂੰ ਲੋਕਾਂ ਨੇ ਸਰਾਹਿਆ ਔਰ ਉਹਦੀ ਪ੍ਰਗਤੀ ਜਿਹੜੀ ਹੈਗੀ ਹੁੰਦੀ ਗਈ। ਇੱਕ ਬਹੁਤ ਹੀ ਪੁਰਾਣਾ ਹਿੰਦੀ ਨਗਮਾ ਬੜਾ ਮਸ਼ਹੂਰ ਹੋਇਆ ਆਪਣੇ ਸਮੇਂ ਦੇ ਉੱਪਰ, ਯੇ ਜ਼ਿੰਦਗੀ ਉਸੀ ਕੀ ਹੈ ਜੋ ਕਿਸੀ ਕਾ ਹੋ ਗਿਆ। ਜੇ ਤੁਸੀਂ ਇਹਦੇ ਲਫ਼ਜ਼ ਤੋਂ ਇਹਦੇ ਲਿਰਿਕਸ ਤੁਹਾਨੂੰ ਯਾਦ ਨੇ ਤੇ ਤੁਸੀਂ ਸਾਡੇ ਨਾਲ ਸਾਂਝੀ ਕਰ ਸਕੋ ਤਾਂ ਬਹੁਤ ਹੀ ਚੰਗਾ ਲੱਗੇਗਾ। ਜੀ ਯਾਦ ਨੇ ਬਿਲਕੁਲ, ਤੇ ਮੈਂ ਤੁਹਾਨੂੰ ਸੁਣਾਉਂਦੀ ਹਾਂ। ਮਿਹਰਬਾਨੀ ਜੀ। ਜ਼ਿੰਦਗੀ ਖੁਸ਼ੀ ਕੀ ਹੈ ਜੋ ਕਿਸੀ ਕਾ ਹੋ ਗਿਆ, ਯਾਰ ਹੀ ਮੈਂ ਖੋ ਗਿਆ। ਯੇ ਜ਼ਿੰਦਗੀ ਖੁਸ਼ੀ ਕੀ ਹੈ ਜੋ ਕਿਸੀ ਕਾ ਹੋ ਗਿਆ, ਯਾਰ ਹੀ ਮੈਂ ਹੋ ਗਿਆ। ਯੇ ਜ਼ਿੰਦਗੀ ਖੁਸ਼ੀ ਕੀ ਹੈ ਬਹਾਰ ਯੇ ਸਮਾਂ ਕਹਿ ਰਹਾ ਹੈ ਪਿਆਰ ਪਰ ਕਿਸੀ ਕੀ ਆਰਜ਼ੂ ਮੈਂ ਆਪਣੇ ਦਿਲ ਕੋ ਬੇਕਰਾਰ ਕਰ। ਜ਼ਿੰਦਗੀ ਹੈ ਬੇਵਫਾ, ਲੂਟ ਪਿਆਰ ਕਾ ਮਜ਼ਾ, ਜ਼ਿੰਦਗੀ ਉਸੀ ਕੀ ਹੈ। ਸੁਣਾਏਂਗੇ ਦਾਸਤਾਂ ਫਿਜ਼ਾ ਸ਼ਮਾ ਮੇਰੇ ਬਹਾਰ ਕੀ, ਫਿਜ਼ਾ ਮੇਂ ਵੀ ਖਿਲੀ ਰਹੀ ਯੇ ਕਲੀ ਅਨਾਰ ਕੀ। ਇਸੇ ਮਜ਼ਾਰ ਮਤ ਕਹੋ, ਇਸੇ ਮਜ਼ਾਰ ਮਤ ਕਹੋ, ਯੇ ਮਹਿਲ ਹੈ ਪਿਆਰ ਕਾ, ਯੇ ਜ਼ਿੰਦਗੀ ਉਸੀ ਕੀ ਹੈ ਜੋ ਕਿਸੀ ਕਾ ਹੋ ਗਿਆ, ਪਿਆਰ ਹੀ ਮੈਂ ਖੋ ਗਿਆ। ਜ਼ਿੰਦਗੀ ਉਸੀ ਕੀ ਹੈ, ਵਾਹ ਵਾਹ, ਯੇ ਜ਼ਿੰਦਗੀ ਉਸੀ ਕੀ ਹੈ ਜੋ ਕਿਸੀ ਕਾ ਹੋ ਗਿਆ। ਬਹੁਤ 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 ਹੀ ਆਪਣੇ ਸਮੇਂ ਦਾ ਮਸ਼ਹੂਰ ਗਾਣਾ ਸੀ, ਔਰ ਹੁਣ ਵੀ ਜਦ ਉਹਨੂੰ ਸੁਣੀਦਾ ਇਉਂ ਹੀ ਲੱਗਦਾ ਹੈਗਾ ਕਿ ਮੇਰਾ ਖਿਆਲ ਲਤਾ ਜੀ ਨੇ ਵੀ ਇਹਨੂੰ ਬਿਲਕੁਲ ਭਿੱਜ ਕੇ ਗਾਇਆ ਹੋਇਆ, ਔਰ ਬਹੁਤ ਬਹੁਤ ਸ਼ਾਨਦਾਰ ਉਹਦੀ ਧੁਨ ਬਣੀ ਹੋਈ ਹੈ। ਕਿਆ ਬਾਤ ਆ, ਇਹੋ ਜਿਹੇ ਜਿਹੜੇ ਗੀਤ ਨੇ, ਇਹੋ ਜਿਹੇ ਜਿਹੜੇ ਗਾਣੇ ਨੇ, ਜਿਹੜਾ ਵੀ ਗਾ ਸਕਦਾ ਹੋਵੇ ਬੜੀ ਬਾ ਕਮਾਲ ਹੈ, ਕਿਉਂਕਿ
ਪੁਰਾਤਨ ਸੰਗੀਤਕਾਰਾਂ ਦੀਆਂ ਚੀਜ਼ਾਂ ਨੂੰ ਗਾਉਣਾ ਕੋਈ ਸੌਖਾ ਨਹੀਂ ਹੁੰਦਾ। ਮੈਂ ਆਪਣੇ ਦੋਸਤਾਂ ਨਾਲ ਇਹ ਗੱਲ ਵੀ ਸਾਂਝੀ ਕਰਨਾ ਚਾਹੁੰਦਾ ਤੇ ਉਹਦੇ ਵਾਸਤੇ ਇੱਕ ਖਾਸ ਕਿਸਮ ਦੀ ਮੁਹਾਰਤ ਸਾਨੂੰ ਚਾਹੀਦੀ ਹੈ। ਉਹਦੇ ਵਿੱਚ ਰਿਧਮ ਹੈ, ਉਹਦੇ ਵਿੱਚ ਸੁਰ ਹੈ। ਜਿੰਨੀ ਦੇਰ ਤੱਕ ਉਹਦਾ ਤੁਹਾਨੂੰ ਗਿਆਨ ਨਹੀਂ ਹੈ, ਤੁਸੀਂ ਉਹਨਾਂ ਨੂੰ ਉਸ ਤਰ੍ਹਾਂ ਕਾਪੀ ਵੀ ਨਹੀਂ ਕਰ ਸਕਦੇ। ਔਰ ਮੈਨੂੰ ਇਹ ਖੁਸ਼ੀ ਹੈ ਕਿ ਜਿੰਨੇ ਲੋਕ ਵੀ ਖਾਸ ਕਰਕੇ ਇਸ ਕਿਸਮ ਦੇ ਪ੍ਰੋਗਰਾਮ ਵਿੱਚ ਰੇਡੀਓ ਚੰਨ ਪਰਦੇਸੀ ਦੇ ਉੱਪਰ ਮੇਰੇ ਗੈਸਟ ਦੇ ਤੌਰ ਦੇ ਉੱਪਰ ਆਉਂਦੇ ਨੇ, ਉਹਨਾਂ ਨੂੰ ਬਹੁਤ ਸਰਾਹਿਆ ਜਾਂਦਾ ਦੂਰ ਦੂਰ ਤੱਕ। ਔਰ ਬਾਰ ਬਾਰ ਲੋਕ ਸਿਫਾਰਿਸ਼ ਕਰਨ ਲੱਗ ਪੈਂਦੇ ਹੈਗੇ ਨੇ ਕਿ ਫਲਾਣੇ ਆਰਟਿਸਟ ਨੂੰ ਜੀ ਹੁਣ ਇੰਨਾ ਚਿਰ ਹੋ ਗਿਆ, ਤੁਸੀਂ ਸਾਨੂੰ ਸੁਣਵਾਇਆ ਨੇ, ਉਹਨਾਂ ਨੂੰ ਦੁਬਾਰਾ ਸੁਣਵਾਓ। ਤੇ ਉਹ ਮੈਂ ਦਵਿੰਦਰ ਕੌਰ ਜੀ ਦੀ ਵੀ ਤਾਰੀਫ ਕਰਨਾ ਚਾਹੁੰਦਾ ਹੈ ਕਿ ਬਹੁਤ ਚੰਗਾ ਲੱਗ ਰਿਹਾ, ਬਹੁਤ ਖੂਬਸੂਰਤ ਤਰੀਕੇ ਨਾਲ ਆਪਣਾ ਉਹ ਗੀਤ ਸੰਗੀਤ ਦਾ ਇਹ ਪ੍ਰੋਗਰਾਮ ਜਿਹੜਾ ਹੈਗਾ ਉਹਨੂੰ ਪੇਸ਼ ਕਰ ਰਹੇ ਨੇ। ਔਰ ਅਗਲੀ ਗੱਲ ਇਹ ਵੀ ਕਿ ਜਿਹੜੀ ਗਾਇਕੀ ਹੈ ਉਹਦਾ ਸੰਗੀਤ ਨਾਲ ਵੀ ਬੜਾ ਤਾਲੁਕ ਹੈ। ਤੁਸੀਂ ਸਿਰਫ ਬਗੈਰ ਸੰਗੀਤ ਤੋਂ ਗਾਣਾ, ਜਦੋਂ ਤੁਹਾਡੇ ਕੋਲ ਰਿਧਮ ਨਹੀਂ, ਤੁਹਾਡੇ ਕੋਲ ਸੁਰ ਨਹੀਂ ਹੈ, ਤੁਹਾਡਾ ਹਾਰਮੋਨੀਅਮ ਨਹੀਂ ਵੱਜ ਰਿਹਾ, ਤੁਹਾਡੇ ਨਾਲ ਤਬਲਾ ਨਹੀਂ ਹੈ, ਤੁਹਾਡੇ ਨਾਲ ਸਿਤਾਰ ਨਹੀਂ ਹੈ, ਵਾਇਲਨ ਨਹੀਂ ਹੈ, ਜਿਹੜੇ ਉਹ ਸਾਰੇ ਸਾਜ਼ ਨੇ, ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਤੁਸੀਂ ਵੱਡੇ ਤੋਂ ਵੱਡੇ ਆਰਟਿਸਟਾਂ ਨੂੰ ਵੀ ਕਈ ਵਾਰੀ ਸੁਣਦੇ ਹੋ ਤਾਂ ਉਹਨਾਂ ਦਾ ਉਸ ਤਰ੍ਹਾਂ ਨਹੀਂ ਲੱਗਦਾ ਜਿਵੇਂ ਉਹਨਾਂ ਨੇ ਸਟੂਡੀਓ ਵਿੱਚ ਕਿਸੇ ਵੇਲੇ ਰਿਕਾਰਡ ਕਰਵਾਇਆ ਹੁੰਦਾ। ਸੋ ਇੰਨੀ ਕੁ ਗੱਲ ਮੈਂ ਹਮੇਸ਼ਾ ਮੁਆਫ਼ੀ ਮੰਗਦਾ ਰਹਿੰਦਾ ਹੈਗਾ ਕਿ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈਗਾ ਕਿ ਬਗੈਰ ਸਾਜ਼ਾਂ ਤੋਂ ਗਾਉਣਾ ਆਪਣੇ ਲਈ ਹੋਰ ਵੀ ਔਖਾ ਹੁੰਦਾ, ਪਰ ਜਿਹੜੇ ਮੈਚਿਓਰ ਆਰਟਿਸਟ ਨੇ ਸਿਰਫ ਉਹੀ ਇਸ ਨੂੰ ਚੰਗਾ ਸੁਰ ਦੇ ਵਿੱਚ ਗਾ ਸਕਦੇ ਨੇ। ਲਓ ਜੀ, ਹੁਣ ਅਗਲਾ ਗੀਤ ਮੈਨੂੰ ਇਹ ਲੱਗਦਾ ਇੱਕ ਹੋਰ ਬਹੁਤ ਗੀਤ ਸੀ ਜਿਹੜਾ ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੀ ਸਾਨੂੰ ਤੁਰਨਾ ਪਿਆ। ਮੇਰਾ ਨਹੀਂ ਖਿਆਲ ਸਾਡੇ ਵਿੱਚੋਂ ਕਿਸੇ ਨੇ ਇਸ ਗੀਤ ਨੂੰ ਨਾ ਸੁਣਿਆ ਹੋਵੇ, ਤੇ ਜੇ ਨਹੀਂ ਵੀ ਸੁਣਿਆ ਤਾਂ ਉਹਨਾਂ ਨੂੰ ਵੀ ਚੰਗਾ ਲੱਗੇਗਾ, ਤੇ ਜਿਨ੍ਹਾਂ ਨੇ ਪਹਿਲਾਂ ਸੁਣਿਆ ਹੈ ਉਹਨਾਂ ਨੂੰ ਤਾਂ ਹੋਰ ਚੰਗਾ ਲੱਗੇਗਾ ਹੀ ਲੱਗੇਗਾ। ਸੋ ਦਵਿੰਦਰ ਜੀ, ਤੁਹਾਡੇ ਕੋਲੋਂ ਆਸ ਕਰਦੇ ਹਾਂ ਕਿ ਤੁਸੀਂ ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਦਵਾਲਾ ਜਿਹੜਾ ਗੀਤ ਹੈਗਾ ਉਹ ਸਰੋਤਿਆਂ ਨੂੰ ਭੇਟ ਕਰੋ ਤਾਂ ਬਹੁਤ ਚੰਗਾ ਲੱਗੂਗਾ। ਮਿਹਰਬਾਨੀ ਜੀ। ਹਾਂਜੀ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਜਿੰਦਾ ਰਹਾਂਦੀ ਮੈਂ ਸਾਰਨਾ ਜਾਣਾ, ਉਨੀ ਰਾਹੀ ਵੇ ਮੈਨੂੰ ਮੁੜਨਾ ਪਿਆ, ਉਨੀ ਰਾਹੀ ਵੇ ਮੈਨੂੰ ਮੁੜਨਾ ਪਿਆ। ਲੈ ਮੇਰਾ ਕੁਲਾ ਟੁਮਲਾ, ਸੜਕੇ ਸੜਕੇ ਜਾਵਾਂਗਾ, ਕੱਢਿਆ ਕੁੰਡ ਕੁਛ ਕਹਿ ਨਾ ਸਕਦੇ, ਦਿਲ ਮੇਰਾ ਕੁਮਲਾਉਂਦਾ ਓਏ, ਦਿਲ ਮੇਰਾ ਕੁਮਲਾਉਂਦਾ। ਸੋਲੇ ਪਿੰਨੀਆਂ ਪੈਰ ਕੂਲੇ, ਸਾਥੋਂ ਤੁਰਿਆ ਜਾਏ ਨਾ, ਸਜਰਾ ਜੋ ਬਨ ਸਿਖਰ ਤੂੰ ਪੈਰਾਂ, ਤਰਸ ਸੋਣਾ ਖਾਏ ਨਾ ਏ, ਤਰਸ ਸੋਣਾ ਖਾਏ ਨਾ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਵਾਹ ਵਾਹ ਵਾਹ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਵਾਹ ਵਾਹ। ਜਿਹੜੇ ਮੈਂ ਸਾਰ ਨਾ ਜਾਣੂ ਉਨੀ ਰਾਹੀਂ ਵੀ ਮੈਨੂੰ ਮੁੜਨਾ ਪਿਆ। ਬਹੁਤ ਅੱਛੇ। ਜਿਵੇਂ ਪਹਿਲਾਂ ਵੀ ਮੈਂ ਅਰਜ਼ ਕਰ ਚੁੱਕਿਆ ਹੈਗਾ ਕਿ ਜਿਹੜੀ ਧੁਨ ਹੈ ਆਪਣੇ ਆਪ ਵਿੱਚ ਉਹ ਵੀ ਬਹੁਤ ਇੰਪੋਰਟੈਂਟ ਹੁੰਦੀ ਹੈ, ਪਰ ਉਹਦੇ ਵਿੱਚ ਜਿਹੜੇ ਬੋਲ ਨੇ ਜਿਹਨੂੰ ਲਿਰਿਕਸ ਕਹਿੰਦੇ ਨੇ, ਜਦੋਂ ਉਹ ਵੀ ਉੱਚ ਪਾਏ ਦੇ ਹੋਣ ਤੇ ਫਿਰ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਬਣਦੀ ਹੈ। ਤੇ ਜਦੋਂ ਫਿਰ ਉਹਨੂੰ ਉਹਦੀ ਜਿਹੜੀ ਕੰਪੋਜੀਸ਼ਨ ਬਣਦੀ ਹੈ, ਜਿਹੜੇ ਸਿਆਣੇ ਮਿਊਜ਼ਿਕ ਨੂੰ ਜਾਣਨ ਵਾਲੇ ਲੋਕ ਨੇ ਜਦੋਂ ਉਹਨੂੰ ਉਹ ਫਿਰ ਸਵਾਰਦੇ ਨੇ, ਉਹਨੂੰ
सही करते ने ते जेड़ी फाइनल जेड़ी प्रोडक्ट हैगी जो लोकां दे सामने आउंदी है ते मेरा ख्याल ओ सारे आशश कर उठते ने। बहुत मेहरबानी जी, बहुत शुक्रिया थोड़ा, तुसी साडे नाल वख-वख गीतां राही इस महफल नू जिहड़ा हैगा अगे वधा रहे हो। इस वेले हुण तकरीबन अपने कोल मैं कहांगा तकरीबन 20 मिंट बकाया ने, इहदे विच जिन्नियां भी आइटमां आप वध तों वध लै सकांगे उहनां नू लैण दी कोशिश करांगे। एक होर हिंदी दा गाना सी चले जाना नहीं नजरें छुपा के, मेरा ख्याल है ये भी थोड़े को गीत हैगा जे ये गाना हैगा जे ये सुना सको ता चले जाना नहीं मेरा ख्याल जेडे लिसनर्स हैगे ने वो भी ओनू इंजॉय करनगे। जी दविंदर जी, चले जाना नहीं, चले जाना नहीं नैन मिला के, हाय सैयां बेदर्दी सैयां बेदर्दी, चले जाना नहीं, चले जाना नहीं नैन मिला के, हाय सैयां बेदर्दी सैयां बेदर्दी, मेरी कसम तुझे मेरे ही होके रहना, दिलों की ये बात किसी और से नहीं कहना, मेरी दुनिया से रखना छुपा के, आए सैयां बेदर्दी सैयां बेदर्दी, नन्ही सी जान मेरी कहो ना जलाओगे, छोड़ के मुझे कहीं चले तो न जाओगे, भूल जाना नहीं दिल में बसा के, हाय सैयां बेदर्दी सैयां बेदर्दी, चले जाना नहीं नैन मिला के, हाय सैयां बेदर्दी सैयां बेदर्दी। वाह 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 वाह, बहुत मेहरबानी जी दविंदर जी, तुसी बहुत रंग बनिया होया है महफिल दे विच। हलो दोस्तो, समा जेड़ा हैगा जल्दी जल्दी साडे हथो निकलदा जा रहा है, असी गिनती दियां आइटम्स ही रह गईयां, साडे नाल इस तरीके नाल जुड़े रहना और थानू मेरा ख्याल है भी जिन्नियां चीजां भी सुनाईयां जाणगियां वो थानू बहुत ही चंगियां लगनगियां। दविंदर जी, एक होर थानू सिफारिश मैं करनी चाहना हैगा, वो किते ते लानी है मैं टालियां पत्ता वालियां मैंने मेरा पतला माही, बहुत ही पॉपुलर सभ्याचारक एक गीत है जिसनू लोक गीत भी मैं कह सकता हैगा, बहुत लोका ने उनू गाया और एदे च कोई शक नहीं क्योंकि वो बहुत मशहूर गीत है और बड़े लोका ने अपने अपना ट्राई कीता उदे विच, ते जे तुहाडी आवाज राही भी सानू किते जाना नहीं ना किते लानी है किते लानी है टालियां भी पत्ता वालियां वे मेरा पतला माही जे सुना सको तो बहुत मेहरबानी होएगी जी। जी किते तिलानिया टालियां वे पत्ता वालियां वे मेरा पतला माही, किते तिलाव शतूत बे समझनु समझनाई, किते तिलानिया टालियां वे पत्ता वालियां वे मेरा पतला माही, किते तिलाव शतूत बे समझनु समझ न आई, किते तिलानिया मिट्टी दबावा में बनानिया वे चंगा पानिया वे उते देनिया कैसे, नारो मिट्टी दिया बाविया वे तेरा प्यो परदेसी, बागे तलानिया टालिया में पत्ता वालिया में मेरा पतला माही, वेड़े ते
समझ न आई, गिट गिट होया तालिया में पत्ता वालिया में मेरा पतला माही, गिट गिट होए शतूत बेसमझ न समझ न आई, किसके तिलानिया टालिया में पत्ता वालिया में मेरा पतला माही, किसके तिलावा शतूत बेसमझ न समझ न आई। वाह 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 वाह, बहुत अच्छे जी, बहुत अच्छे जी। तुसी जिवें गल सुनाई सीगी पी थोड़े पेरेंट्स नूं भी चंगा लग्या, होर लोगों नूं भी सुनिया ते उन्हां ने चंगा लग्या, तुसी अक्सर फिर उस तों बाद थोड़ा जिहड़ा हैगा ये सिलसिला जिहड़ा हैगा किवें चलदा रहा, किथे किथे महफलां दे विच रेडियो दा भी तुसी जिक्र कर दिता कि दिल्ली केंद्र दे उपर जिहड़ा पंजाबी दा प्रोग्राम सी उहदे विच भी ਤੁਸੀਂ ਗੀਤ ਜਿਹੜੇ ਹੈਗੇ ਗਾਉਂਦੇ ਰਹੇ ਤੇ ਸੁਣਾਉਂਦੇ ਰਹੇ, ਉਹਦੇ ਬਾਰੇ ਕੋਈ ਹੋਰ ਯਾਦਾਂ ਜਿਹੜੀਆਂ ਤੁਹਾਡੀਆਂ ਜੁੜੀਆਂ ਹੋਈਆਂ ਨੇ, ਖਾਸ ਕਰਕੇ ਜਿਹੜੀਆਂ ਤੁਹਾਨੂੰ ਸੁਣਾਉਣ ਨੂੰ ਜੀ ਕਰਦਾ ਹੁੰਦਾ ਉਹ ਗੱਲਾਂ ਤੁਹਾਡੇ ਕੋਲੋਂ ਸੁਣਨ ਨੂੰ ਜੀ ਕਰਦਾ ਜੀ? ਦਵਿੰਦਰ ਜੀ ਜੀ ਜੀ, ਇਸ ਤਰ੍ਹਾਂ ਕਿ ਜਿਸ ਵਕਤ ਮੇਰੀ ਗੁਜਰਾਤ ਚ ਸਿਲੈਕਸ਼ਨ ਹੋ ਗਈ ਤੇ ਮੈਂ 2 ਮਹੀਨੇ ਦੀ ਛੁੱਟੀਆਂ ਚ ਦਿੱਲੀ ਆਈ ਸੀ, ਇੱਥੇ ਆ ਕੇ ਫਿਰ ਮੈਂ ਆਪਣੇ ਰੇਡੀਓ ਸਟੇਸ਼ਨ ਚ ਉਹਨਾਂ ਨੂੰ ਕਿਹਾ ਕਿ ਮੇਰੇ ਮਤਲਬ ਮੈਂ ਅਪਰੂਵਡ ਆਰਟਿਸਟ ਹੈਗੀ ਆ ਤੇ ਵੀ ਮੈਨੂੰ ਵੀ ਟਾਈਮ ਦਿੱਤਾ ਜਾਣਾ ਚਾਹੀਦਾ, ਤੇ ਫਿਰ ਉਹਨਾਂ ਨੇ ਮੈਨੂੰ ਨਾ ਐਕਸੈਪਟ ਕੀਤਾ ਤੇ ਫਿਰ ਉਹਨਾਂ ਨੇ ਮੇਰੇ ਪ੍ਰੋਗਰਾਮ ਦੇਣਾ ਸ਼ੁਰੂ ਕਰ ਦਿੱਤਾ, ਮੇਰਾ ਮਤਲਬ ਪੰਜਾਬੀ ਪ੍ਰੋਗਰਾਮ ਦਵਿੰਦਰ ਸਿੰਘ ਜੀ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਤੇ ਦੂਸਰਾ ਮੈਨੂੰ ਕੁਛ ਲੋਕਾਂ ਦਾ ਨਾਂ ਭੁੱਲ ਗਿਆ ਕਿਉਂਕਿ ਕਾਫੀ ਦੇਰ ਹੋ ਗਈ ਨਾ, ਤੇ ਉਹ ਫਿਰ ਮੈਂ ਦਵਿੰਦਰ ਸਿੰਘ ਜੀ ਦੇ ਪ੍ਰੋਗਰਾਮ ਦੇ ਵਿੱਚ ਹਰ 3 ਮਹੀਨੇ ਬਾਅਦ ਫਿਰ ਸਾਨੂੰ ਮਤਲਬ ਮੈਨੂੰ ਬੁਲਾਉਂਦੇ ਸੀ ਪ੍ਰੋਗਰਾਮ ਦੇਣ ਦੇ ਵਿੱਚ, ਰੇਡੀਓ ਸਟੇਸ਼ਨ ਪੰਜਾਬੀ ਗਾਣੇ ਗਾਉਂਦੀ ਸੀ, ਇੱਥੇ ਆ ਕੇ ਫਿਰ ਮੈਂ ਆਪਣੇ ਰੇਡੀਓ ਸਟੇਸ਼ਨ ਚ ਉਹਨਾਂ ਨੂੰ ਕਿਹਾ ਕਿ ਮੇਰੇ, ਉਸ ਤੋਂ ਬਾਅਦ ਫਿਰ ਮੈਂ ਟੈਲੀਵਿਜ਼ਨ ਚ ਗਈ, ਮੈਂ ਟੈਲੀਵਿਜ਼ਨ ਚ ਉੱਥੇ ਅਪਲਾਈ ਕੀਤਾ ਤੇ ਉਹਨਾਂ ਨੇ ਸਕਰੀਨਿੰਗ ਵਗੈਰਾ ਦੇਖੀ ਮੇਰੀ ਤੇ ਉਹਨਾਂ ਨੇ ਐਕਸੈਪਟ ਕੀਤਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰਾ ਗਾਣਾ ਵੀ ਸੁਣਿਆ, ਫਿਰ ਕ੍ਰਿਸ਼ੀ ਦਰਸ਼ਨ ਦੇ ਵਿੱਚ ਮੈਂ ਭਜਨ ਗਾਉਂਦੀ ਹੁੰਦੀ ਸੀ, ਕ੍ਰਿਸ਼ੀ ਦਰਸ਼ਨ ਦੇ ਵਿੱਚ ਫਿਰ ਮੈਂ ਆਪਣੇ ਸਟੂਡੈਂਟਸ ਨੂੰ ਲੈ ਕੇ ਜਾਂਦੀ ਸੀ ਕਿਉਂਕਿ ਮੈਂ ਸੈਂਟਰ ਸਕੂਲ ਰਿਟਾਇਰ ਲੇਡੀ ਹੈਗੀ ਆ 98 ਦੇ ਵਿੱਚ, ਤੇ ਉਹ ਤਾਂ ਬੱਚਿਆਂ ਨੂੰ ਮੈਂ ਟ੍ਰੇਨਡ ਕੀਤਾ ਸੀ, ਮੈਂ ਕਿਹਾ ਤੁਸੀਂ ਵੀ ਚੱਲੋ ਅੱਗੇ ਜੀ। ਕਿਸੇ ਵਜ੍ਹਾ ਕਰਕੇ ਮੇਰਾ ਖਿਆਲ ਉਹਨਾਂ ਦਾ ਕੁਨੈਕਸ਼ਨ ਮੇਰੇ ਕੋਲੋਂ ਫੇਰ ਟੁੱਟ ਗਿਆ ਹੈਗਾ, ਤੇ ਦੋਸਤੋ ਮੇਰੇ ਨਾਲ ਜੁੜੇ ਰਹਿਣਾ, ਮੈਂ ਤੁਹਾਨੂੰ ਦੁਬਾਰਾ ਫੇਰ ਇੱਕ ਵਾਰੀ ਉਹਨਾਂ ਦੇ ਨਾਲ ਕੁਨੈਕਸ਼ਨ ਮਿਲ ਕੇ ਤੇ ਮੈਂ ਤੁਹਾਨੂੰ ਫੇਰ ਲੈ ਕੇ ਆਉਣਾ ਹੈ। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ। ਦੋਸਤੋ ਕਿਸੇ ਵਜ੍ਹਾ ਕਰਕੇ ਜਿਹੜਾ ਕੁਨੈਕਸ਼ਨ ਸੀ ਉਹ ਟੁੱਟ ਗਿਆ ਸੀ ਤੇ ਦੁਬਾਰਾ ਹੁਣ ਫੇਰ ਮੇਰੇ ਨਾਲ ਦਵਿੰਦਰ ਜੀ ਜੁੜੇ ਹੋਏ ਨੇ। ਦਵਿੰਦਰ ਜੀ, ਅਸੀਂ ਪ੍ਰੋਗਰਾਮ ਜਿੱਥੇ ਅਸੀਂ ਰੁਕੇ ਸੀਗੇ ਉੱਥੋਂ ਹੀ ਦੁਬਾਰਾ ਫੇਰ ਸ਼ੁਰੂ ਕਰਨਾ ਚਾਹੁੰਦੇ ਹਾਂ। ਤੁਹਾਡਾ ਬਹੁਤ ਗੀਤ ਜਿਹੜਾ ਤੁਸੀਂ ਸੁਣਾ ਕੇ ਹਟੇ ਹੋ,
ਕਿਤੇ ਤਿਲਾਨੀਆਂ ਟਾਹਲੀਆਂ ਮੈਂ ਪੱਤਾਂ ਵਾਲੀਆਂ ਬਹੁਤ ਹੀ ਵਧੀਆ ਗੀਤ ਹੈ ਆਪਣੇ ਆਪ ਵਿਚ ਤੇ ਇਕ ਹੋਰ ਗੀਤ ਸੀਗਾ ਸੁਰਿੰਦਰ ਕੌਰ ਦਾ ਗਾਇਆ ਹੋਇਆ ਔਰ ਇਹਨੂੰ ਲਿਖਿਆ ਹੋਇਆ ਸੀ ਬਟਾਲਵੀ ਜੀ ਨੇ ਨੀ ਇਕ ਤੇਰੀ ਇਕ ਮੇਰੀ ਅੱਖ ਕਾਸ਼ਨੀ ਜੇ ਇਹਦੇ ਬੋਲ ਤੁਹਾਡੇ ਕੋਲ ਹੈਗੇ ਨੇ ਤੇ ਬਹੁਤ ਚੰਗਾ ਲੱਗੇਗਾ ਜੇ ਸਾਡੇ ਨਾਲ ਸਾਂਝ ਬਣਾ ਸਕੋ ਤਾਂ ਨੀ ਇਕ ਤੇਰੀ ਅੱਖ ਕਾਸ਼ਨੀ ਹਾਂਜੀ ਨੀ ਇਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਨੀਂਦਰ ਨੇ ਮਾਰਿਆ ਨੀ ਸ਼ੀਸ਼ੇ ਤੇ ਤਰੇੜ ਪੈ ਗਈ ਵਾਲ ਵਾਂਦੀ ਨੇ ਧਿਆਨ ਜਦੋਂ ਮਾਰਿਆ ਨੀ ਇਕ ਮੇਰੀ ਅੱਖ ਕਾਸ਼ਨੀ ਨੀ ਇਕ ਮੇਰੀ ਸੱਸ ਨੀ ਬੋਰੀ ਤੜੀ ਰੋਹੀ ਦੇਖੀ ਕਰ ਨਾਲੋ ਕਾਲੀ ਨੀ ਗੱਲੇ ਕਥੇ ਵੀਰ ਪੁਣ ਦੀ ਨਾਲੇ ਦੇਂਦੀ ਮਾਂ ਪਿਆਂ ਨੂੰ ਗਾਲੀ ਨੀ ਰੱਬ ਜਾਣੇ ਤਤੜੀ ਦਾ ਨੀ ਰੱਬ ਜਾਣੇ ਤਤੜੀ ਦਾ ਕਿਹੜਾ ਲਾਚੀਆਂ ਦਾ ਬਾਗ ਮੈਂ ਉਜਾੜਿਆ ਨੀ ਇੱਕ ਮੇਰੀ ਅੱਖ ਕਾਸ਼ਨੀ ਦੂਜਾ ਮੇਰਾ ਦਿਓਰ ਨਿਕੜਾ ਪੈੜਾ ਗੋਰੀਆਂ ਰਨਾਂ ਦਾ ਸ਼ੌਂਕੀ ਨੀ ਟੁੱਕ ਟੁੱਕ ਨੇੜੇ ਬੈਠਦਾ ਰੱਖ ਸਾਹਮਣੇ ਰੰਗੀਲੀ ਚੌਂਕੀ ਨੀ ਡਰਦੀ ਮੈਂ ਉਸ ਤੋਂ ਕੁੜੇ ਨੀ ਡਰਦੀ ਮੈਂ ਉਸ ਤੋਂ ਕੁੜੇ ਕੁੰਡੀ ਅਜੇ ਤੱਕ ਵੀ ਨਾ ਮੈਂ ਉਤਾਰਿਆ ਨੀ ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਨੀਂਦਰ ਨੇ ਮਾਰਿਆ ਨੀ ਇੱਕ ਮੇਰੀ ਅੱਖ ਕਾਸ਼ਨੀ ਵਾਹ 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 ਨੀ ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਨੀਂਦਰੇ ਨੇ ਮਾਰਿਆ ਬਹੁਤ ਹੀ ਪ੍ਰਸਿੱਧ ਗੀਤ ਸੀ ਆਪਣੇ ਸਮੇਂ ਦਾ ਔਰ ਹਮੇਸ਼ਾ ਅਮਰ ਰਹੇਗਾ ਇਹਨੂੰ ਬਾਰ ਬਾਰ ਸੁਰਿੰਦਰ ਜੀ ਜਿੱਥੇ ਵੀ ਕਿਤੇ ਸ਼ੋਅ ਕਰਦੇ ਸੀ ਉਹਨਾਂ ਨੂੰ ਬਾਰ ਬਾਰ ਇਹਦੀਆਂ ਸਿਫਾਰਿਸ਼ਾਂ ਜਿਹੜੀਆਂ ਸੀਗੀਆਂ ਆਉਂਦੀਆਂ ਰਹਿੰਦੀਆਂ ਸੀ ਔਰ ਬਹੁਤ ਹੀ ਵਧੀਆ ਕਿਉਂਕਿ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਮ ਜਿਹੜੀ ਆਪਣੇ ਆਪ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਉਹ ਇੱਕ ਬਹੁਤ ਵੱਡੇ ਸ਼ਾਇਰ ਸਨ ਪੰਜਾਬੀ ਦੇ ਔਰ ਉਹਨਾਂ ਦੀਆਂ ਲਿਖੀਆਂ ਹੋਈਆਂ ਚੀਜ਼ਾਂ ਸਦਾ ਅਮਰ ਰਹਿਣਗੀਆਂ ਕੋਈ ਸ਼ੱਕ ਨਹੀਂ ਔਰ ਸੁਰਿੰਦਰ ਕੌਰ ਦੇ ਹਿੱਸੇ ਵਿੱਚ ਬਹੁਤ ਕੁਛ ਉਹਨਾਂ ਦਾ ਗਾਉਣ ਨੂੰ ਆਇਆ ਔਰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਗਾਇਆ ਇੱਕ ਉਹਨਾਂ ਦੀ ਆਵਾਜ਼ ਬੜੀ ਸੂਟ ਕਰਦੀ ਸੀਗੀ ਸੋ ਵਾਕਿਆ ਉਹ ਜਿਹੜੀਆਂ ਰਚਨਾਵਾਂ ਨੇ ਔਰ ਜਿਹੜੀਆਂ ਕੰਪੋਜੀਸ਼ਨਸ ਨੇ ਹਮੇਸ਼ਾ ਬਾਰ ਬਾਰ ਸੁਣਨ ਨੂੰ ਜੀ ਕਰਦਾ ਰਹਿੰਦਾ ਔਰ ਦਵਿੰਦਰ ਜੀ ਤੁਸੀਂ ਤਾਂ ਕਿਉਂਕਿ ਸਿੱਖ ਘਰਾਣੇ ਵਿੱਚ ਜੰਮੇ ਪਲੇ ਹੋ ਤੇ ਭਾਈ ਸਾਹਿਬ ਵੀ ਸਿੱਖ ਨੇ ਤੁਹਾਨੂੰ ਪਤਾ ਹੀ ਹੋਏਗਾ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਦੁਨੀਆਂ ਦਾ ਬਹੁਤ ਮਹਾਨ ਗ੍ਰੰਥ ਹੈ ਔਰ ਉਹਦੀ ਮਹਾਨਤਾ ਇਸ ਗੱਲ ਵਿੱਚ ਵੀ ਹੈ ਕਿ ਉਹਦੇ ਵਿੱਚ ਜਿਹੜੀ ਬਾਣੀ ਰਚੀ ਹੋਈ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਰਾਗਾਂ ਦੇ ਵਿੱਚ ਗਾਉਣ ਦੀ ਹਦਾਇਤ ਹੈ ਔਰ ਪੁਰਾਤਨ ਸਮੇਂ ਦੇ ਖਾਸ ਕਰਕੇ ਜਿਹੜੇ ਬਹੁਤ ਵੱਡੇ ਵੱਡੇ ਮਹਾਨ ਰਾਗੀ ਸਨ ਉਹਨਾਂ ਵੱਡੇ ਵੱਡੇ ਘਰਾਣਿਆਂ ਦੇ ਵਿੱਚੋਂ ਆਉਂਦੇ ਸਨ ਉਹ ਔਰ ਉਹਨਾਂ ਦੀ ਬਹੁਤ ਵੱਡੀ ਮੁਹਾਰਤ ਹੁੰਦੀ ਸੀਗੀ ਤੇ ਉਹ ਜਦੋਂ ਉਹਨਾਂ ਸ਼ਬਦਾਂ ਨੂੰ ਕਿਸੇ ਚੰਗੀ ਕੰਪੋਜੀਸ਼ਨ ਵਿੱਚ ਬਣਾ ਕੇ ਜਿਹਦੇ ਵਿੱਚ ਰਾਗ ਰਾਗਣੀਆਂ ਹੋਣ ਉਹਦਾ ਇਸਤੇਮਾਲ ਕਰਦੇ ਸਨ ਤਾਂ ਫਿਰ ਉਹ ਜਿਹੜੀਆਂ ਚੀਜ਼ਾਂ ਨੇ ਉਹ ਅਮਰ ਹੋ ਜਾਂਦੀਆਂ ਨੇ ਔਰ ਉਹ ਅਮਰ ਹੀ ਬਣ ਜਾਂਦੀਆਂ ਨੇ ਹਮੇਸ਼ਾ ਵਾਸਤੇ ਉਹਨਾਂ ਨੂੰ ਬਾਰ ਬਾਰ ਸੁਣਦੇ ਜਾਓ ਹੁਣ ਵੀ ਹੈਗਾ ਕਿ ਜਦੋਂ ਤੁਸੀਂ ਜਿਵੇਂ ਭਾਈ ਸੁਮੰਦ ਸਿੰਘ ਜੀ ਬਹੁਤ ਹੀ ਵੱਡੇ ਗਾਇਕ ਸਨ ਆਪਣੇ ਸਮੇਂ ਦੇ ਲਾਹੌਰ ਤੋਂ ਸ਼ੁਰੂ ਕੀਤਾ ਸੀ ਉਹਨਾਂ ਨੇ ਜਦੋਂ ਲਾਹੌਰ ਰੇਡੀਓ ਸਟੇਸ਼ਨ ਤੋਂ ਫਿਰ ਉਹ ਪਾਕਿਸਤਾਨ ਬਣਨ ਤੋਂ ਬਾਅਦ ਇੰਡੀਆ ਵਿੱਚ ਆਏ ਔਰ ਰੇਡੀਓ ਵਾਲਿਆਂ ਦੇ ਬਹੁਤ ਹੀ ਪਸੰਦੀਦਾ ਰਾਗੀ ਸਨ ਉਹ ਔਰ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਗਾਈਆਂ ਹੋਈਆਂ ਨੇ ਬਾਅਦ ਵਿੱਚ ਰਿਕਾਰਡ ਵੀ ਹੋਈਆਂ ਜਿਹੜੀ ਪਹਿਲੀ ਬਹੁਤ ਵੱਡੀ ਫਿਲਮ ਸੀਗੀ ਨਾਨਕ ਨਾਮ ਜਹਾਜ਼ ਉਹਦੇ ਵਿੱਚ ਉਹਨਾਂ ਦਾ ਸ਼ਬਦ ਸੀ ਗਾਇਆ ਹੋਇਆ ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਜਿਹੜੇ ਲੋਕਾਂ ਨੇ ਪੁਰਾਤਨ ਚੀਜ਼ਾਂ ਨੂੰ ਸੁਣਿਆ ਗਾਇਆ ਮੁਹਾਰਤ ਪ੍ਰਾਪਤ ਕੀਤੀ ਉਹਨਾਂ ਨੂੰ ਲੋਕਾਂ ਨੇ ਬਹੁਤ ਹੀ ਮੁਹੱਬਤ ਦਿੱਤੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਤੁਸੀਂ ਕਹਿਣਾ ਚਾਹੋਗੇ ਤੁਹਾਨੂੰ ਆਪਣਾ ਕੋਈ ਤੁਹਾਡਾ ਐਕਸਪੀਰੀਅੰਸ ਜਿਹੜਾ ਹੈਗਾ ਉਹਦੇ ਬੇਸ ਦੇ ਉੱਪਰ ਕੋਈ ਗੱਲ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਦਵਿੰਦਰ ਜੀ
हां जी, वैसे मैं क्लासिकल हिंदुस्तानी क्लासिकल म्यूजिक दे विच मैं वैसे ग्रेजुएशन कीती है और इलाहाबाद यूनिवर्सिटी तो 6 ईयर कोर्स कीता होया। ते मैं एक गवर्नमेंट स्कूल अमृतसर दे विच 12th क्लास नू क्लासिकल सिखांदी सीगी। ते उस तो बाद फिर मैं सेंट्रल स्कूल जा गई, उत्थे इलेक्टिव सब्जेक्ट नहीं सी हुंदा, बट यह है कि मैं अपने जोड़े भी गाने बच्चों सिखाती सी, मैं क्लासिकल रागा दे विच ही सिखाती सी हमेशा गाने उन्होंने, ते ओ मेरा शौक। बाकी यह है कि मैं जरूर कहांगी कि अगर किसी ने भी क्लासिकल सीखना हो तो तुसी मेरे को आके सीख सकते हो, क्योंकि मेरा जाना थोड़ा मुश्किल लगता है, ते घर आ जाएंगे ते दे आर मोस्ट वेलकम। मैं फ्री च उन्होंने क्लासिकल म्यूजिक सिखावांगी। ਤੁਸੀਂ ਆਪਣਾ ਸੰਪਰਕ ਨੰਬਰ ਵੀ ਦੇ ਸਕਦੇ ਹੋ ਜੇ ਦੇਣਾ ਚਾਹੋ ਤਾਂ। ਹਾਂ ਹਾਂ, ਤੁਸੀਂ ਲੈ ਸਕਦੇ ਹੋ ਸੰਪਰਕ ਨੰਬਰ ਮੇਰਾ, ਤੇ ਤੁਹਾਨੂੰ ਮੈਂ ਬੋਲ ਸਕਦੀ ਹਾਂ? ਹਾਂ ਬੋਲ ਸਕਦੇ ਹੋ, ਤੁਸੀਂ ਬੋਲਦੇ ਹੋ ਤਾਂ ਕਿ ਸਰੋਤਿਆਂ ਤੱਕ ਪਹੁੰਚ ਉਹਦੀ ਹੋ ਜਾਏ, ਔਰ ਉਹਨਾਂ ਦੇ ਵਿੱਚ ਕਿਸੇ ਦੀ ਕਿਉਰਿਓਸਿਟੀ ਹੋਏਗੀ ਕੋਈ ਸਿੱਖਣ ਦੀ ਜਾਂ ਤੁਹਾਡੇ ਕੋਲੋਂ ਕੋਈ ਸਵਾਲ ਪੁੱਛਣ ਦੀ, ਤਾਂ ਤੁਹਾਨੂੰ ਸਿੱਧਾ ਉਹ ਸੰਪਰਕ ਤੁਹਾਡੇ ਨਾਲ ਬਣਾ ਸਕਦੇ ਨੇ। ਤੁਸੀਂ ਆਪਣਾ ਫੋਨ ਨੰਬਰ ਜਿਹੜਾ ਹੈਗਾ ਉਹਨੂੰ ਦੁਹਰਾ ਦੇਣਾ, ਔਰ ਜ਼ਰਾ ਐਸਾ ਬੋਲਿਆ ਜੇ। जी 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 248-835-8648 ये मेरा सेल फोन नंबर है। 248-835-8648 दूसरा लैंडलाइन का नंबर भी ले सकते हो तुसी 248-278-6060 This is my landline phone. बहुत मेहरबानी जी, शुक्रिया जी। उन्होंने नंबर साडे नाल शेयर किया है 248-835-8648 सो दोस्तों, जो कोई थोड़ा कोई प्रश्न होए, कोई सिखण दा होवे, कोई जानण दा होए, जां कोई थोड़ी होर क्यूरियोसिटी होए, कई बार जिंदगी विच आपां लोकां नूं मिलदे आं, दुबारा उन्हां दा संपर्क साडे कोल नहीं हुंदा गा, ते गलबात करन नूं जी करदा हुंदा, हो सकदा है इह सारे स्रोतियां दी इस गिणती दे विच कोई इहो जिहे लोक भी होण जिहड़े दविंदर जी नाल अपना कॉन्टैक्ट बनाउणा चाहुंदे होण, सो उहनां नंबरां दे उपर फोन करके उहनां दे नाल गलबात कर सकदे हो। फिर साडे कोल हुण इस वेले समां जिहड़ा हैगा तकरीबन 3 मिंट हैगे ने, तुसी अपनी चॉइस दी कोई चीज जिहड़ी हैगी है सुना सकदे हो, जिहड़ी भी तुहानू पसंद है, क्योंकि हुण तक तां मैं ही तुहानू कई कुछ कहिंदा रहा हैगा भी आ सुनाओ आ सुनाओ, ते हुण तुसी एक दो चीजां जिहड़ियां हैगियां ने, मेरा ख्याल जिन्ना क समां साडे कोल बचिया हैगा ओह सुना सकदे हो, मेहरबानी दविंदर जी। ਕਰਫਿਊ ਵਗੈਰਾ ਲੱਗਦਾ ਸੀ, ਅਸੀਂ ਅੰਦਰ ਬੈਠੇ ਹੁੰਦੇ ਸੀ, ਤੇ ਨੂਰ ਜਹਾਨ ਦਾ ਇੱਕ ਗਾਣਾ ਬੋਲਦੇ ਹੁੰਦੇ ਸੀਗੇ ਜੀ, ਨੂਰ ਜਹਾਨ ਦਾ ਬਹੁਤ ਪਿਆਰਾ ਗਾਣਾ ਹੈ, ਤੇ ਉਹ ਮੈਂ ਤੁਹਾਨੂੰ ਥੋੜਾ ਜਿਹਾ ਸੁਣਾਉਣਾ ਚਾਹੁੰਦੀ ਹਾਂ। ਜੀ ਇਰਸ਼ਾਦ ਜੀ, ਆਵਾਜ਼ ਦੇ ਕਹਾਂ ਹੈ ਦੁਨੀਆ ਮੇਰੀ ਜਵਾਂ ਹੈ, ਆਵਾਜ਼ ਮੇਰੇ जहाँ है ऐसे में तू कहाँ है दुनिया मेरी जवां है, आवाज दे कहाँ है वो आवाज आ रही है यूं जैसे चांदनी की बारात जा रही है, चलने को अब फलक से तारों का कारवां है, ऐसे में तू कहाँ है दुनिया मेरी जवां है, आवाज दे कहाँ है। वाह जी जी, 47 याद करवा देना एकदम, जो सी बड़ा ड्रेडफुल सीन देखा अपनी लाइफ के दे, वीर जी जी हां जी
विदाउट इंस्ट्रूमेंट थोड़ा जा कंफ्यूज हो जाता बंदा, बट मैं ट्राई की है अगो थी ग्रेटनेस है कि तुसा उन्होंने एक्सेप्ट किया। सो थैंक यू मान साहब, बहुत बहुत शुक्रिया। तुसी अजे तक मेरे नाल बने रहना है। मैं तुहानू कुछ रिस्पांस आए ने, मखन सिंह बसियाला ने पसंद किया, कहिंदे ने बहुत ग्रेट। उजागर सिंह होनी ने जेडे डी पी आर ओ पंजाब दे रहे ने, ओ भी पसंद करदे ने। हिम्मत सिंह कहिंदे ने एक्सलेंट सुपर सिंगिंग। इसे तरह ही त्रिलोचन सिंह दुपालपुर साहब तुहाडी तारीफ करदे ने। जस्सी सचदेव जी ने कहा सी ऑलवेज इंजॉयड आंटी सिंगिंग, सो मेरे भी मित्र ने बड़ा चंगा लगा। इसे तरीके दे नाल जस्सी सचदेव तो इलावा जी सुखविंदर बराड़ जेड़े मेडिकल दे एडवाइजर ने, बहुत स्याणे ने और बहुत कुछ इस वेले दुनिया नाल सांझियां कर रहे ने कि सानू चंगा खाना पीना जड़ा हैगा, जे असी उहदा ठीक तरीके नाल सेवन करिए तां सानू कई बीमारियां तों बचा जा सकदा है। राकेश कुमार जी साडे बहुत ही प्यारे मित्र ने और लगातार इन्ने समय तो ओह रेडियो नाल जुड़े हुए ने। सो मैं अपने वालों अदारा चन्न परदेसी वालों देश विदेश विच जुड़े हुए बहुत सारे स्रोतियां वालों दे बिहाफ दे उपर दविंदर कौर जी होना दा धन्नवाद करना चाहना। और एक छोटी जी माफी भी कि शुरू शुरू दे विच मेरा ख्याल है वह संपर्क बनने विच कोई थोड़ी मुश्किल सी जां वह अंडरस्टैंडिंग दे विच सी कि किवें रेडियो दे उपर गल करनी है, उहदे विच कुछ मिनट हो सकता है कि तुहानू शायद उहदे विच कोई थोड़ी दुबधा लगी होवे, पर बाद विच जिन्नियां भी चीज़ां दविंदर जी ने सुनाईयां वह बहुत ही शानदार सन, बहुत वधिया। और उन्होंने गायकी जिहड़ी हैगी लगभग जिस तरह उन्होंने मशहूर आर्टिस्टा ने गाया है उन्होंने गायकी नू कापी करने की कोशिश की, जिहड़ी कि कोई सौखी गल नहीं हुंदी, पर उन्होंने बहुत वधिया जतन किया और मेरे हिसाब नाल उन्होंने बहुत चंगी तरह उन्होंने निभाया। अगेन दविंदर जी असी मैं अपने वालों और अदारा चन्न परदेसी वालों और जुड़े हुए बेअंत स्रोतियां की तरफों मैं तुहाडा धन्नवाद करदा कि तुसी साडे मंच दे उपर आए और अपनी चीजां सुनाईयां। इस दोस्तो ये जिहड़ा प्रोग्राम हुण तक तुसी सुनिया इहदा मैं लिंक जिहड़ा हैगा बना के मैं अपनी फेसबुक दे उपर पा दिंदा हुंदा। जिहड़े लोग मेरी फेसबुक दे उपर नहीं जुड़े हुए वह जुड़ना चाहते ने तो मैं एड्रैस बोल दिंदा हैगा gurbachan.maan मेरा फेसबुक दे उपर, ते जे तुसी रिक्वेस्ट करोगे ते मैं उन्हें एक्सेप्ट कर लांगा, ते उस बाद तुसी मेरी मित्र वाली लिस्ट दे उपर आ जाओगे। ते आज इना ही काफी, मेरे अगले दोस्त जेड़े हैगे ने माइक्रोफोन लेके तैयार ने, मैं तुहाडे कोलों इजाजत लेना चाहांगा। दविंदर जी एक मिनट लाइन दे उपर जरा बने रहना, मैं प्रोग्राम जेड़ा समाप्त करके थोड़े नाल गल करनी चाहांगा। लो दोस्तो मेरे अगले दोस्त जेड़े हैगे ने उन्हां दा आपां प्रोग्राम सुनिए ते मैनू तुसी दिओ इजाजत, ते अगले प्रोग्राम दी दावत देंदा है तुहाडे कोलों फेर इजाजत चाहांगा। बहुत मेहरबानी जी, शुक्रिया जी, थैंक यू सो मच जी, रब राखा जी, सत श्री अकाल।